السلام. हेलो बोलिए साचे दरबार की एक बारी तन तन बाबा रोशन शाह बली का जयकारा सारे जने दोने हाथ उत्ते चुके लगा दियो सारे जने जयकारा बाबा रोशन शाह बली सरकार दा बोल साचे दरबार की जय। सो ये ठाठा मारदा होया कट ये दिखा रहा है कि तुसी किन्ना प्यार करदे हो जनाब कमर गरेवाल साहब। सो जिथे चलूंगा चलूंगी नाल तेरे टिकटा दो लै ली विरासती सवाल मस्त बना देंगे बीबा। सो तुहाड़ियां जोरदार ताड़ियां दे विच और संगीत दियां मधुर धुनां दे विच पेश करवाण जा रहा जनाब कमर गरेवाल साहब। सो प्लीज एक बारी जोरदार क्लैपिंग सारे कर दियो। Thank you.
Do it.
ਸਜਣੋ ਪਿਆਰਿਓ ਜੀਆਂ ਨੂੰ ਤੁਹਾਨੂੰ ਇਸ ਦਰਬਾਰ ਨੂੰ ਮੇਰਾ ਪ੍ਰਣਾਮ ਇੱਥੇ ਵਸਣ ਵਾਲਿਆਂ ਨੂੰ ਵਸਾਉਣ ਵਾਲਿਆਂ ਨੂੰ ਬੰਦਗੀ ਵਾਲਿਆਂ ਨੂੰ ਉਹਨਾਂ ਨੂੰ ਮੇਰਾ ਪ੍ਰਣਾਮ ਔਰ ਮੇਰੀਆਂ ਮਾਵਾਂ ਨੂੰ ਪ੍ਰਣਾਮ ਜਿੰਨੀਆਂ ਵੀ ਸਾਡੀਆਂ ਸਭ ਦੀਆਂ ਮਾਵਾਂ ਬੈਠੀਆਂ ਇੱਕ ਤਾੜੀ ਮੈਨੂੰ ਲੱਗਦਾ ਆਪਾਂ ਮਾਰੀਏ ਸਾਰੇ ਇਹਨਾਂ ਮਾਵਾਂ ਲਈ ਤੁਸੀਂ ਨਾ ਮਾਰਿਓ ਸਾਡੀਆਂ ਤਾੜੀਆਂ ਤੁਹਾਡੇ ਨਾਲ ਸੋ ਮਾਵਾਂ ਨੂੰ ਪ੍ਰਣਾਮ ਆ ਮੇਰੀ ਮਾਂ ਨੂੰ ਗਈ ਨੂੰ 3 ਮਹੀਨੇ ਹੋਏ ਅਜੇ ਤੇ 62 ਸਾਲਾਂ ਦੀ ਹੋ ਕੇ ਗਈ ਆ ਉਹ ਹੁਣ ਵੀ ਕਦੇ ਘਰੇ ਕੋਈ ਮੈਨੂੰ ਕੰਮ ਕਹਿੰਦੇ ਨਾ ਵੀ ਆਹ ਕੰਮ ਕਿਵੇਂ ਕਰਨਾ ਹੈ ਕਈ ਵਾਰੀ ਵੈਸੇ ਜ਼ਬਾਨ ਚੋਂ ਨਿਕਲ ਜਾਂਦਾ ਬੀਬੀ ਨੂੰ ਪੁੱਛ ਲੈਣਾ ਯਾਰ ਹੈ ਤੇ ਪਰ ਨਾਲ ਦੀ ਨਾਲ ਪਤਾ ਲੱਗਦਾ ਵੀ ਬੀਬੀ ਤਾਂ ਹੁਣ ਸੋ ਇਹ ਮਾਵਾਂ ਜਦੋਂ ਹੈਗੀਆਂ ਉਦੋਂ ਵੀ ਖਿਆਲ ਰੱਖੀ ਤੇ ਜਦੋਂ ਨਹੀਂ ਆ ਤਾਂ ਉਦੋਂ ਵੀ ਖਿਆਲ ਰੱਖੀ ਸੋ ਇਹਨਾਂ ਦੇ ਚਰਨਾਂ ਤੋਂ ਹੀ ਕਹਾਣੀਆਂ ਸ਼ੁਰੂ ਹੈ ਔਰ ਜਿਨ੍ਹਾਂ ਨੇ ਮਾਵਾਂ ਖੱਟ ਲਈਆਂ ਜਿਨ੍ਹਾਂ ਨੇ ਮਾਂ ਬਾਪ ਦੀ ਮੰਨ ਲਈ ਤੇ ਸਮਝ ਲਓ ਇਹਨਾਂ ਦਰਬਾਰਾਂ ਚੋਂ ਇਹਨਾਂ ਗੁਰਦੁਆਰੇ ਮੰਦਰਾਂ ਮਸੀਤਾਂ ਚੋਂ ਮੈਸੇਜ ਤਾਂ ਇਹੀ ਹੈ ਨਾ ਕਿ ਰੱਬ ਦਾ ਜੀ ਹੈ ਇਮਤਿਹਾਨ ਵਾਸਤੇ ਆਇਆ ਧਰਤੀ ਤੇ ਤਾਂ ਰਮਜਾਂ ਵੇਖਣਾ ਬੁੱਝ ਬੁੱਝ ਕੇ ਕਿਹੜੀ ਕਿੱਥੇ ਆ ਕਿਹੜੀ ਕਿੱਥੇ ਆ ਕਿਉਂ ਕਿਸੇ ਦੇ ਕੰਮਾਂ 'ਚ ਲੱਤਾਂ ਉਡਾਉਂਦਾ ਫਿਰਦਾ ਹੈ ਜਿਹਦਾ ਨੱਚਣ ਨੂੰ ਜੀ ਕਰਦਾ ਨੱਚ ਲੈ ਦੇਣਾ ਉਹਨੂੰ ਜਿਹਦਾ ਮਰਨ ਨੂੰ ਜੀ ਕਰਦਾ ਮਰ ਲੈਣ ਦੇਣਾ ਉਹਨੂੰ ਤਾਂ ਸਭੇ ਗਿਆਨੀਆਂ ਵਿਗਿਆਨੀਆਂ ਬ੍ਰਹਮ ਗਿਆਨੀਆਂ ਨੂੰ ਮੇਰਾ ਪ੍ਰਣਾਮ ਹੈ ਸਭ ਸੇਵਾਦਾਰਾਂ ਨੂੰ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਔਰ ਜਿੰਨੇ ਆਪਣੀਆਂ ਦੁਕਾਨਾਂ ਲਾ ਕੇ ਆਪਦੀ ਕਿਰਤ ਕਮਾਈ ਕਰਨ ਆਏ ਹੈ ਇਹ ਸਾਰੇ ਮਿਹਨਤੀ ਲੋਕ ਮੇਰਾ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਹੈ ਛੋਟੇ ਬੱਚਿਆਂ ਨੂੰ ਪ੍ਰਣਾਮ ਇਹਨਾਂ ਸਾਧੂਆਂ ਨੂੰ ਪ੍ਰਣਾਮ ਮੂਵੀ ਵਾਲਿਆਂ ਨੂੰ ਯਾਰ ਜਿਹੜਾ ਤੁਸੀਂ ਆ ਵਿਚਾਲੇ ਨਹੀਂ ਪੈਂਦੇ ਇੱਥੇ ਆ ਪਿੱਛੇ 20-25 ਬੰਦੇ ਆ ਜਿਹੜੇ ਥੋਤੋਂ ਜਮਾਂ ਹੀ ਖੁਸ਼ ਨਹੀਂ ਹੈਗੇ ਮੈਂ ਕੁਛ ਨਹੀਂ ਕਰ ਰਿਹਾ ਵੈਸੇ ਮੇਰੀ ਮੈਂ ਆ ਕੇ 15 ਮਿੰਟ ਹੋ ਗਏ ਮੈਨੂੰ ਦੇਖਦੇ ਨੂੰ ਮੈਂ ਵੀ ਸਮਥਿੰਗ ਰੋਂਗ ਚੱਲ ਰਿਹਾ ਉੱਥੇ ਉਹ ਬੰਦੇ ਦਰਬਾਰ ਬਾਬਾ ਰੋਸ਼ਨ ਬਲੀ ਜੀ ਔਰ ਪ੍ਰਬੰਧਕ ਕਮੇਟੀ ਹੈ ਸੱਜਣੋ ਪਿੰਡ ਗੜੀ ਕਾਨੂੰ ਗੋਹਾਂ ਗ੍ਰਾਮ ਅਤੇ ਪੰਚਾਇਤ NRI ਵੀਰਾਂ ਅਤੇ ਸਮੂਹ ਸਾਧ ਸੰਗਤ ਨੂੰ ਵਧਾਈ ਹੈ ਤੁਹਾਨੂੰ ਸਾਰਿਆਂ ਨੂੰ ਵਧਾਈ ਹੈ ਮੈਂ ਵਧਾਈ ਤਾਂ ਮੈਨੂੰ ਤਾਂ ਲੱਗਦਾ ਮੈਂ ਆਪਦੇ ਪੈਸੇ ਲੈਣੇ ਸੀ ਮੈਨੂੰ ਇਹਨਾਂ ਨੇ ਦੇ ਤੇ ਮੈਂ ਲੈ ਕੇ ਆ ਗਿਆ ਤੁਸੀਂ ਆਪਦਾ ਟਾਈਮ ਦੇਣਾ ਸੀ ਨਤਮਸਤਕ ਹੋਣਾ ਸੀ ਹੋ ਲਏ ਆਹ ਜਿਹੜਾ ਸਮਾਂ ਹੈ ਜੇ ਸਮਝ 'ਚ ਆ ਜੇ ਇਹ ਉਸੇ ਦਾ ਬਖਸ਼ਿਆ ਹੋਇਆ ਹੈ ਉਹਦੀ ਗੱਲ ਹੋਣੀ ਹੈ ਅਤੇ ਜਮਾਂ ਐਨ ਦੇਸੀ ਘਿਓ ਵਰਗੀ ਦੱਸੂ ਆਪੇ ਉਹ ਮੈਂ ਉਹਨੂੰ ਲੈ ਕੇ ਜਾਣਾ ਹੈ ਨਾ ਤਾਂ ਇਹਨੂੰ ਖਾੜਾ ਸਮਝਿਓ ਨਾ ਕੋਈ ਮੇਲਾ ਸਮਝਿਓ ਇਹ ਤਾਂ ਸਭਾ ਹੈ ਮੈਂ ਮੇਰੀ ਡਿਊਟੀ ਹੈ ਇੱਥੇ ਵੀ ਤੂੰ ਗਾਉਣਾ ਹੈ ਤੁਹਾਡੀ ਡਿਊਟੀ ਹੈ ਤੁਸੀਂ ਬਹਿ ਕੇ ਸੁਣਨਾ ਹੈ ਲੈ ਕੇ ਗਾਉਣ ਜਾਊਗਾ ਉਹ ਹੁਣ ਪਤਾ ਨਹੀਂ ਕਿਹਦੀ ਸੁਰਤ ਕੌਣ ਆ ਮੇਰੀਆਂ ਮੁੰਦਰਾਂ ਦੇਖੀ ਜਾਊ ਕੌਣ ਕੁਛ ਹੋਰ ਮਾੜਾ ਮੋਟਾ ਕਰੀ ਜਾਊ ਅਤੇ ਕਿਹੜੇ ਉਹ ਨੇ ਜਿਹੜੇ ਆਖਣਗੇ ਵੀ ਖਸਮਾਂ ਨੂੰ ਖਾਵੇ ਆ 55 ਕਿਲੋ ਮਿੱਟੀ ਮੈਨੂੰ ਜਿਹੜੀ ਆਵਾਜ਼ ਆ ਰਹੀ ਆ ਮੈਂ ਉਹਦਾ ਆਨੰਦ ਲੈਣਾ ਹੈ ਕੀ ਫਰਕ ਪੈਂਦਾ ਹੈ ਕਮਰ ਸਿਉਂ ਦੀ ਆਵਾਜ਼ ਹੈ ਜਾਂ ਰਣਜੀਤ ਬਾਵੇ ਦੀ ਆਵਾਜ਼ ਹੈ ਗੱਲ ਤਾਂ ਇਹ ਹੈ ਵੀ ਇਹ ਉਹਦੀ ਆਵਾਜ਼ ਹੈ ਇਹ ਨਿਕਲੇ ਤਾਂ ਵੀ ਉਹਦੀ ਨਾ ਨਿਕਲੇ ਤਾਂ ਵੀ ਉਹਦੀ ਅਗਲਾ ਕਲਾਮ ਇੱਕ ਮਜ਼ਬੀ ਸਿੰਘ ਗੀਤ ਹੈ ਉਹ ਗੀਤ ਦਾ ਫਲਸਫਾ ਮੈਂ ਤੁਹਾਡੇ ਨਾਲ ਥੋੜ੍ਹਾ ਸਾਂਝਾ ਕਰਨਾ ਚਾਹੂੰਗਾ ਮਜ਼ਬ ਦਿਆ ਪੱਕਿਆ ਮਜ਼ਬੀ ਸਿੰਘਾ ਤੂੰ ਰੰਗਰੇਟਾ ਗੁਰੂ ਕਾ ਬੇਟਾ ਇਹ ਕਲਾਮ ਤੁਹਾਡੀ ਨਜ਼ਰ ਕਰਨ ਲੱਗਿਆ ਉਹਨਾਂ ਸਾਰੇ ਮਜ਼ਬੀ ਸਿੰਘ ਪਰਿਵਾਰਾਂ ਦੇ ਨਾਂ ਹੈ ਗੀਤ ਜਿਹੜੇ ਚੜ੍ਹਦੀਆਂ ਕਲਾਂ 'ਚ ਰਹਿ ਕੇ ਮਿਹਨਤਾਂ ਕਰਦੇ ਆ ਆਪਦੇ ਪਰਿਵਾਰਾਂ ਨੂੰ ਪਾਲਦੇ ਆ ਅਤੇ ਗੁਰੂ ਦੇ ਫਲਸਫੇ ਤੋਂ ਪਾਸੇ ਨਹੀਂ ਹੋਏ ਹਿੱਲੇ ਨਹੀਂ ਕਿਉਂਕਿ ਮਜ਼ਬੀ ਦਾ ਮਤਲਬ ਹੀ ਹੈ ਜਿਹੜਾ ਆਪਦੇ ਮਜ਼ਬ ਦਾ ਪੱਕਾ ਹੈ ਉਹ ਮਜ਼ਬੀ ਹੈ ਐਡਾ ਵੱਡਾ ਨਾਂ ਹੈ ਮਜ਼ਬੀ ਇੱਥੇ ਜੇ ਮੇਰੇ ਵਰਗਾ ਕੋਈ ਚੌਧਰ ਦਾ ਭੁੱਖਾ ਆਹ ਮਿੱਟੀ ਛੋਟੀ ਤੇ ਵੱਡੀ ਕਹਿ ਕੇ ਲੰਘ ਜੇ ਉਹ ਗੱਲ ਉਹਦੀ ਹੈ ਪਰ ਸਭਾ ਦੀ ਗੱਲ ਇਹ ਹੈ ਕਿ ਇਹ ਰੁਤਬਾ ਬਾਹਲਾ ਵੱਡਾ ਹੈ ਜਿਹੜਾ ਮਜ਼ਬ ਦਾ ਪੱਕਾ ਹੈ ਆਪਦੇ ਧਰਮ ਦਾ ਪੱਕਾ ਉਹ ਮਜ਼ਬੀ ਸਿੰਘ ਆ ਓਏ ਉਹ ਮਜ਼ਬੀ ਸਿੰਘ ਹੈ ਤਾਂ ਕੀ ਕਹਿੰਦਾ
ਇੱਕ ਗੁਰੂ ਦਾ ਮਜ਼ਬੀ ਸਿੰਘ ਚੈਤੇ ਤੋਂ ਜੀਵਨ ਹੋ ਗਿਆ ਜਦ ਕਸਮਾਂ ਖਾ ਕੇ ਤੁਰ ਪਿਆ ਤੂੰ ਖਾਲਸੇ ਦੀ ਆਣ ਨੂੰ ਮੱਥੇ ਨਾ ਲਾ ਕੇ ਤੁਰ ਪਿਆ ਤੈਨੂੰ ਜੋ ਬਾਬੇ ਬਖਸ਼ੀਆਂ ਚੈਤੇ ਤੋਂ ਜੀਵਨ ਹੋ ਗਿਆ ਜਦ ਕਸਮਾਂ ਖਾ ਕੇ ਉਹ ਤੁਰ ਪਿਆ ਮਰਜ਼ੀ ਦੇ ਮਾਲਕੋ ਬਾਬਿਓ ਪਰ ਇੱਕ ਗੱਲ ਇਸ ਮਿੱਟੀ ਦਾ ਬਸ਼ਿੰਦਾ ਇਹਦੀ ਉਪਜ ਹੋਣ ਦੇ ਨਾਂ ਤੇ ਜ਼ਰੂਰ ਕਹੂੰਗਾ ਆਪਣੇ ਪਰਿਵਾਰ ਸਮਝ ਕੇ ਹਿੱਲਿਓ ਨਾ ਇਹ ਬਾਬੇ ਕਾ ਲਾਣਾ ਹੈ ਪੰਜਾਬ ਜਦੋਂ ਪੁੱਛਦਾ ਸਾਨੂੰ ਗੁਬਾਰ ਕਿਹਦੇ ਹੋਏ ਅਸੀਂ ਬਾਬੇ ਕਿਹਾ ਇਹ ਤੇ ਮੈਂ ਕਿਸੇ ਸਿੱਖ ਹਿੰਦੂ ਮੁਸਲਮਾਨ ਦੀ ਬਾਤ ਨਹੀਂ ਕਰ ਰਿਹਾ ਇਸ ਮਿੱਟੀ ਦੀ ਖੁਸ਼ਬੋ ਹੈ ਦੀ ਅਣਖ ਹੈ ਉਹਦੇ ਚੋਂ ਕਹਿੰਦੇ ਵੀ ਅਸੀਂ ਬਾਬੇ ਕਿਹਾ ਬਾਬੇ ਕਿਹਾ ਬਾਬੇ ਕੇ ਸਾਰੇ ਮਿਲ ਕੇ ਰਹਿੰਦੇ ਆ ਉਹ ਕਲੇਸ਼ ਨਹੀਂ ਪਾਉਂਦੇ ਉਹ ਗੁਰਦੁਆਰੇ ਮੰਦਰਾਂ ਮਸੀਤਾਂ ਦਰਬਾਰਾਂ ਦੀ ਉਸ ਗੇਮ ਤੋਂ ਬਾਹਰ ਹੈ ਉਹ ਸਿਰਫ ਪ੍ਰੇਮ ਉਹ ਸਿਰਫ ਪ੍ਰੇਮ ਤਾਂ ਏਦਾਂ ਹੀ ਭਾਈ ਜੈਤਾ ਜੀ ਇਤਿਹਾਸ ਬੋਲਦਾ ਤਾਂ ਫਿਰ ਕਿਹਾ ਨਾ ਤੂੰ ਜੈਤੇ ਤੋਂ ਜੀਵਨ ਹੋ ਗਿਆ ਜਦ ਕਸਮਾਂ ਖਾ ਕੇ ਤੁਰ ਪਿਆ ਤੂੰ ਖਾਲਸੇ ਦੀ ਆਣ ਨੂੰ ਮੱਥੇ ਨਾ ਲਾ ਕੇ ਤੁਰ ਪਿਆ ਤੈਨੂੰ ਜੋ ਬਾਬੇ ਬਖਸ਼ੀਆਂ ਤੈਨੂੰ ਜੋ ਬਾਬੇ ਬਖਸ਼ੀਆਂ ਮੈਨੂੰ ਮਾਣ ਹੈ ਹਰ ਅਸੀਸ ਤੇ ਹੱਥੀ ਸਿੱਖੀ ਦੇ ਮੁੱਢ ਨੇ ਉਹ ਲਾਈ ਕਲਗੀ ਤੇਰੇ ਸੀਸ ਤੇ ਲਾਈ ਕਲਗੀ ਤੇਰੇ ਉਹ ਸੀਸ ਤੇ ਸੱਚੇ ਪਾਤਸ਼ਾਹ ਨੇ ਆਪ ਕਲਗੀਆਂ ਸਾਜੀਆਂ ਹੋਣ ਤੇ ਕੋਈ ਸ਼ੱਕ ਜਾਂ ਗੁਜਾਇਸ਼ ਕਿੱਥੇ ਰਹਿ ਗਈ ਬਾਬਾ ਬਾਲਾ ਵੱਡਾ ਕਾਦਾ ਹੈ ਕਾਇਮ ਰਹੀ ਤਾਂ ਸਮਝ ਕੇ ਰਹਿ ਸੌ ਦੀਆਂ ਸੌ ਉਹਦੇ ਤੇ ਸਿੱਟ ਕੇ ਜਿਉ ਤੂੰ ਤਾਂ ਮਿਹਨਤੀ ਬਹੁਤ ਆ ਬਾਬਾ ਤੇਰੇ ਬਾਰੇ ਤਾਂ ਕਹਿੰਦੇ ਆ ਵੀ ਉਹ ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਉਹ ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਆ ਜਾਓ ਤਾੜੀ ਨਾਲ ਪੱਟਣਾ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ ਤੂੰ ਤਾਲੂ ਵਿੱਚ ਤੇਗ ਧਸਦਾ ਰੰਗ ਰੇਟਿਆ ਗੁਰੂ ਦੇ ਰੰਗ ਰੰਗਿਆ ਵੇ ਰੰਗੀ ਰਾਗੀ ਰਹਿਣ ਵਸਦਾ ਬਣ ਕੇ
ਕਰਜਾ ਕਮਰ ਕਸਾ ਬੰਨ ਕੇ ਹਾਏ ਕਰਜਾ ਕਮਰ ਕਸਾ ਬੰਨ ਕੇ ਉਹ ਤੂੰ ਖੜ ਗਿਆ ਗੁਰੂ ਨੂੰ ਰੱਬ ਮੰਨ ਕੇ ਖੜ ਗਿਆ ਗੁਰੂ ਨੂੰ ਰੱਬ ਮੰਨ ਕੇ ਹਣ ਕਰਜਾ ਕਮਰ ਕਸਾ ਬੰਨ ਕੇ ਉਹ ਤੂੰ ਖੜ ਗਿਆ ਗੁਰੂ ਨੂੰ ਰੱਬ ਮੰਨ ਕੇ ਹੱਥ ਫੜ ਗਿਆ ਗੁਰੂ ਨੂੰ ਰੱਬ ਮੰਨ ਕੇ ਦੱਸੋ ਸਿੱਖ ਦੀ ਸਿੱਖਿਆ ਕਿਹੜੇ ਕੰਮ ਦੀ ढोलकी बनाउणी इस चम दी ओ दसो सिख दी सिखिया कड़े कम दी की आ ढोलकी बनाउणी इस चम दी बाजे अड़के कबूतर की चढ़ गए अड़के कबूतर की चढ़ गए ते बाजा वाला फिर हसदा रंग रेटिया गुरु दे रंग रंगिया वे रंगी रागी रहे वसदा रंग रेटिया गुरु दे ਰੰਗ ਕਿਰਤਾਰ ਦੇ ਬਾਬਾ ਵੇਖ ਭਾਈ ਬਾਲਿਆ ਰੰਗ ਕਿਹੜੇ ਕਿਹੜੇ ਰੰਗ ਬੋਲਦੇ ਆ ਆ ਜੋ ਲਫ਼ਜ਼ਾਂ ਰਹੀ ਤੁਹਾਨੂੰ ਸਮਝ ਆ ਰਹੀ ਹੈ ਪ੍ਰੋਪਰ ਗਵਈਏ ਦੀ ਤੇ ਸਾਜਾਂ ਦੀ ਇੱਕ ਤਾੜੀ ਮਾਰ ਕੇ ਦੱਸੋ ਨਾ ਜੀ ਕੋਈ ਅਪ ਡਾਊਨ ਹੋਇਆ ਕਰਾ ਲਿਓ ਕਹਿ ਕੇ ਹਣਾ ਮੇਰੇ ਭਰਾ ਬਣ ਕੇ ਪਲੀਜ਼ ਡੇਢ ਹੈ ਕਿ ਦੋ ਹੈ ਡੇਢ ਹਾਂ ਸਹੀ ਆ ਬਹਿ ਜਾਓ ਬੀਬੀ ਬਹਿ ਜਾਓ ਮੰਦਰ ਮਸਜਿਦ ਗੁਰੂਦੁਆਰੇ ਇੱਕੋ ਜੇ ਤੱਕੀ ਸਾਰੇ ਮੰਦਰ ਮਸਜਿਦ ਗੁਰੂਦੁਆਰੇ ਇੱਕੋ ਜੇ ਤੱਕੀ ਸਾਰੇ ਪੁੱਛੀ ਨਾ ਧਰਮਾਂ ਬਾਰੇ ਪੁੱਛੀ ਨਾ ਧਰਮਾਂ ਬਾਰੇ ਉਹ ਸਭ ਨਾਲ ਹੱਸਦਾ ਖਿਲਦਾ ਰਹਿ ਮੇਰੀ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਹੀ ਮਿਲਦਾ ਰਹਿ ਵੇ ਮੇਰੀ ਮੇਰੀ ਜ਼ਾਤ ਗੋਤ ਨਾ ਉਹ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ ਤੇ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆ ਛੱਡਣੀ ਪੈਂਦੀ ਇਹ ਦੁਨੀਆ ਛੱਡਣੀ ਪੈਂਦੀ ਉਹ ਤੈਨੂੰ ਅੱਖੀਆਂ ਰੋਣਗੀਆਂ ਇੱਕ ਦਿਨ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ ਪਿੰਡ ਵਾਲਿਆ ਇੱਕ ਦਿਨ ਮੈਂ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ ਕਿੰਨਿਆਂ ਨੇ ਰੋਗ ਲਵਾ ਲਏ ਇਹ ਪੈਰਾਂ ਬੀਬੀਆਂ ਲਈ ਕਿੰਨਿਆਂ ਨੇ ਰੋਗ ਲਵਾ ਲਏ ਵਹਿਮਾਂ ਭਰਮਾਂ ਲੋਕੀ ਖਾ ਲੇ ਪੁੱਠੇ ਕੰਮਾਂ ਨੇ ਲੋਕੀ ਖਾ ਲੇ
ਤਰਦੇ ਲਾਲ ਲੀੜਿਆਂ ਵਾਲੇ ਤਰਦੇ ਲਾਲ ਲੀੜਿਆਂ ਵਾਲੇ ਓਏ ਖੋਪੇ ਵੇਖੋ ਨਰਾ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਾਇਰਾਂ ਤੇ ਬੜਾ ਚਾਰ ਵਾਲੇ ਇੱਕ ਵਾਰ ਹੋਰ ਕਿੰਨਿਆਂ ਨੇ ਰੋਤਾੜੀਆਂ ਨੇ ਗੀਤ ਕਿੰਨਿਆਂ ਨੇ ਰੋਗ ਲਵਾ ਲੇ ਮਹਿਮਾ ਭਰਮਾ ਲੋਕੀ ਖਾ ਲੇ ਤਰਦੇ ਲਾਲ ਲੀੜਿਆਂ ਵਾਲੇ ਓਏ ਖੋਪੇ ਵੇਖੋ ਨਹਿਰਾਂ ਤੇ ਇਹਨਾਂ ਦੀ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਤੁਸੀਂ ਹਿਸਾਬ ਨਾਲ ਵੀ ਕਿਤੇ ਮੋਟਰਸਾਈਕਲ ਤੇ ਬਾਈ ਜੀ ਔਰ ਭੈਣ ਜੀ ਦੋਨੋਂ ਚੱਲੇ ਆ ਤਾਂ ਰਸਤੇ 'ਚ ਬਿੱਲੀ ਲੰਘਦੀ ਆ ਬਾਬਾ ਉਦੋਂ ਹੀ ਘਰ ਵਾਲੀ ਕਹਿ ਦਿੰਦੀ ਆ ਰੁਕੋ ਜੀ ਆਪਦੇ ਝੋਲੇ 'ਚੋਂ ਪਾਣੀ ਦੀ ਬੋਤਲ ਕੱਢੀ ਮੂਹਰਲੇ ਟਾਇਰ 'ਤੇ ਅਤੇ ਮਗਰਲੇ ਟਾਇਰ 'ਤੇ ਚਲੋ ਜੀ ਹੁਣ ਬੱਸ 'ਚੋਂ ਗਏ ਜਾਂ ਜੇ ਪਹਿਲਾਂ ਬਿੱਲੀ ਲੰਘੀ ਤਾਂ ਮਰ ਜਾਓਗੇ ਜੇ ਸੌ ਕਰਮਾਂ ਕਾ ਸ਼ੇਰ ਖੜਾ ਹੋਇਆ ਫਿਰ ਕੀ ਕਰੇਂਗੀ ਹੁਣ ਪਾਣੀ ਨਾਲ ਨਹੀਂ ਸਰ ਉਹਦਾ ਖੂਨ ਮੰਗਦਾ ਹੈ ਡੌਨ ਕੇ ਸ਼ਹਿਰ ਮੇ ਵੇਖ ਭਾਈ ਬਾਲਿਆ ਰੰਗ ਕਰਦਾ
ਕਹਿੰਦਾ ਆਪਣਾ ਮੂਲ ਪਛਾਣ ਪਤਾ ਕਰ ਤੂੰ ਕੌਣ ਹੈ ਪਤਾ ਕਰ ਤੂੰ ਕਿੱਥੋਂ ਆਇਆ ਤੇ ਕਰ ਪਤਾ ਤੂੰ ਜਾਣਾ ਕਿੱਥੇ ਹੈ ਜਿਹੜੇ ਪਤਾ ਕਰਨ ਲੱਗੇ ਹੋਏ ਆ ਉਹਨਾਂ ਦੀ ਪਛਾਣ ਹੈ ਉਹ ਪਤਾ ਕੀ ਸੋਚਦੇ ਆ ਜਿੱਥੇ ਜਿਉਣ ਦੀ ਨਾ ਭੁੱਖ ਜਿੱਥੇ ਮੌਤ ਦਾ ਨਾ ਡਰ ਜਿੱਥੇ ਜਿਉਣ ਦੀ ਨਾ ਭੁੱਖ ਜਿੱਥੇ ਮੌਤ ਦਾ ਨਾ ਡਰ ਸਾਰੀ ਦੁਨੀਆ ਤੋਂ ਉੱਚਾ ਗੁਰੂ ਨਾਨਕ ਦਾ ਡਰ ਸਾਰੀ ਦੁਨੀਆ ਤੋਂ ਉੱਚਾ ਬਾਬੇ ਨਾਨਕ ਦਾ ਡਰ ਵੇਲੇ ਕਮਾਉਂਦੇ ਵੀ ਵੰਡੀ ਦਾ ਮੰਡੀ ਦਾ ਪ੍ਰਸਾਦ ਵੇਖਿਆ ਤੇਰੇ ਖਾਦ ਸੇ ਨੂੰ ਸਦਾ ਮੈਂ ਆਜ਼ਾਦ 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 ਵੇਖਿਆ ਇਹਨੂੰ ਸਾਰਿਆਂ ਨੂੰ ਦਿਖਾਈ ਪੁੱਤ ਸਾਰਿਆਂ ਨੂੰ ਦੇਖੋ ਘੁੱਗੜ ਜਿਹਾ ਕਿੰਨਾ ਸੋਹਣਾ ਤਰੁਣਾ ਕਿੰਨਾ ਸੋਹਣਾ ਯਾਰ ਇਹਨੂੰ ਹੈ ਕੋਈ ਪ੍ਰਵਾਹ ਵੀ ਸੋਸ਼ਲ ਮੀਡੀਆ 'ਤੇ ਮੈਨੂੰ ਕੋਈ ਆਏ ਨਾ ਕਹਿੰਦੇ ਵੀ ਇਹਦੇ ਫੁੱਲਾਂ ਨੂੰ ਬਿਸਕੁਟ ਲੱਗਿਆ ਹੋਇਆ ਸੀ ਉਹ ਕਹਿੰਦਾ ਆਈ ਡੋਂਟ ਕੇਅਰ ਬ੍ਰੋ ਆਈ ਹੈਵ ਨੋ ਟਾਈਮ ਫਾਰ ਦਿਸ ਨੌਨਸੈਂਸ ਆਨੰਦ ਚ ਕਿਉਂ ਸੁਖੀ ਹੈ ਕਿਉਂ ਚਿਹਰੇ ਤੇ ਨੂਰ ਹੈ ਬੇਪਰਵਾਹ ਹੈ ਬੇਪਰਵਾਹ ਹੈ ਆਹ ਛੋਟੀਆਂ ਛੋਟੀਆਂ ਗੱਲਾਂ ਨਾ ਵੀ ਜਵਾਕ ਹੈ ਜੀ ਫਿਰ ਜੇ ਬੇਪਰਵਾਹ ਕਰੇ ਭਾਂਡੇ ਤੋੜਨੇ ਹੌਲੀ ਹੌਲੀ ਸਮਝ ਜਾਣਗੇ ਪਰ ਬੰਦੇ ਚੋਂ ਬੰਦਾ ਨਹੀਂ ਮਰਨ ਦਿੰਦੇ ਬੱਚੇ ਵੱਡਿਆਂ ਦਾ ਕਸੂਰ ਹੀ ਹੋਇਆ ਮੇਰੇ ਵਰਗਿਆਂ ਦਾ ਬੰਦੇ ਚੋਂ ਬੰਦਾ ਮਾਰ ਬੈਠੇ ਹੁਣ ਦੁਬਾਰਾ ਉਪਜਣ ਨੂੰ ਟਾਈਮ ਲੱਗਦਾ ਹੈ ਹੁਣ ਟਾਈਮ ਲੱਗਦਾ ਹੈ ਤੇ ਇਹਨਾਂ ਦਾ ਬੰਦਾ ਜਿਉਂਦਾ ਹੈ ਤਾਂ ਹੀ ਕਹਿੰਦੇ ਹਾਂ ਬੱਚਿਆਂ ਨੂੰ ਬਾਲੀਆਂ ਵੱਡੀਆਂ ਪੜ੍ਹਾਈਆਂ ਟਿਊਸ਼ਨਾਂ ਐਨਕਾਂ ਤੜਕੇ ਚਾਰ ਸਾਲ ਦਾ ਬੱਚਾ ਜੇ ਸੌਣਾ ਚਾਹੁੰਦਾ ਨਾ ਭੈਣੇ ਤਾਂ 6 ਵਜੇ ਠਾ ਕੇ ਉਹਨੂੰ 7 ਵਜੇ ਵੈਨ 'ਚ ਪਾ ਕੇ ਕਿਹੜਾ ਵੱਡਾ ਬੰਦਾ ਬਣਾਉਣ ਲੱਗੀ ਵੀ ਹੈ ਇਹ ਥੋੜ੍ਹੀ ਜਿਹੀ ਕੌੜੀ ਲੱਗੂ ਕਿਉਂਕਿ ਸਾਰੀ ਦੁਨੀਆ ਕਰ ਰਹੀ ਹੈ 6 ਵਜੇ ਇੱਕ 2-3 ਸਾਲ ਦੇ ਨਿਆਣੇ ਦਾ ਸਾਉਣ ਨੂੰ ਜੀ ਕਰ ਰਿਹਾ ਬੱਚਾ ਕਹਿੰਦਾ ਜਦੋਂ ਸੌਂਦਾ ਸਮਾਧੀ 'ਚ ਹੈ ਜੁੜਿਆ ਹੋਇਆ ਕਿਤੇ ਮਾਂ ਉਹਨੂੰ ਤੋੜਦੀ ਹੈ ਭਾਵੇਂ ਲੇਲੇ ਪੇਪੇ ਕਰਕੇ ਤੋੜਦੀ ਹੈ ਪਰ ਤੋੜਦੀ ਹੈ ਖਸਮ ਦੇ ਘਰ ਦੀ ਸਮਾਧੀ ਤੋੜ ਕੇ ਕਿਹੜੀਆਂ ਅੰਗਰੇਜ਼ੀਆਂ ਤੇ ਡਿਗਰੀਆਂ ਮੈਂ ਨਹੀਂ ਕਹਿੰਦਾ ਵੀ ਪੜ੍ਹੋ ਨਾ ਨੋ ਪੜ੍ਹੋ ਪਰ ਜਿੰਨੀ ਕਾਵਾਂ ਰੋਲੀ ਪਾਈ ਜਾਂਦੇ ਆ ਵੀ ਆਹ ਵੀ ਆਏ ਆ ਫਸਟ 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 ਉਹ ਹੈ ਕਿਤੇ ਕਿ ਰਿਮੋਟ ਆਪਦੇ ਹੱਥ 'ਚ ਹੀ ਹੈ ਮੈਂ ਮੁੰਡਾ ਡਾਕਟਰ ਬਣਾਉਣਾ ਕੀ ਗੱਲ ਠੇਕਾ ਹੈ ਲਿਖ ਕੇ ਦਿੱਤਾ ਕਮਰ ਗਰੇਵਾਲ ਦਾ ਮੁੰਡਾ ਗਾਉਣ ਵਾਲਾ ਹੀ ਬਣੂ ਕੀ ਗੱਲ ਲਿਖ ਕੇ ਦਿੱਤਾ ਬਾਬਾ ਹੁਣ ਕਿਤੇ ਲਿਖ ਕੇ ਦਿੱਤਾ ਵੀ ਗਾਉਣ ਵਾਲੇ ਦਾ ਮੁੰਡਾ ਗਾਉਣ ਵਾਲਾ ਹੀ ਹੈ ਆਹ ਘਰ ਕਿਤੇ ਸਮਝ ਆ ਜਾਣਾ ਬਾਬਾ ਮੇਰੇ ਵਰਗੇ ਪਾਪੀ ਦੇ ਮੂਰਖ ਦੇ ਅੰਨੇ ਦੇ ਤੇ ਧਰਮ ਨਾਲ ਗੱਲ ਬਣਦੇ ਗੱਲ ਬਣਦੇ ਗੱਲ ਮੁੱਕਦੀ ਆ ਵੀ ਇੱਥੇ ਕੋਈ ਜੰਮੇ ਇੱਥੇ ਭਾਵੇਂ ਕੋਈ ਆਨੰਦ ਕਾਰਜਾਂ 'ਚ ਬੈਠਾ ਤੇ ਭਾਵੇਂ ਕੋਈ ਆਖਰੀ ਸਾਹ ਕਰ ਗਿਆ ਪੂਰੇ ਪਾਤਸ਼ਾਹ ਨਹੀਂ ਬਦਲੇ ਉਹ ਤਿੰਨੇ ਵਾਰੀ ਆਏ ਜੰਮਣ ਵੇਲੇ ਵੀ ਆਨੰਦ ਕਾਰਜਾਂ ਵੇਲੇ ਵੀ ਮਰਨ ਵੇਲੇ ਵੀ ਪਰ ਬਿਆਨ ਨਹੀਂ ਬਦਲੇ ਉਹ ਹਰ ਵਾਰੀ ਆਏ ਤੇ ਗਾ ਕੇ ਗਏ
ਕੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਜੀ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਵੇਲੇ ਕਮਾਂ ਦੇ ਵੇਲੇ ਕਮਾਂ ਦੇ ਵੀ ਮੰਡੀ ਦਾ ਪ੍ਰਸਾਦ ਵੇਖਿਆ ਮੇਰੇ ਖਾਲ ਬੱਚਾ ਪ੍ਰਾਪਤ ਕਰੋ ਯਾਰ ਹੈਰਾਨ ਨਹੀਂ ਕਰਦੀਆਂ ਗੱਲਾਂ 2024 ਮੁੰਡੇ ਗਵਾਚ ਗਏ ਮਾਂ ਪਿਓ ਪਤਾ ਨਹੀਂ ਕੀ ਕਰੀ ਜਾਂਦੇ ਆ ਮੁੰਡੇ ਹੀ ਗਵਾਚ ਗਏ ਆ ਜਾਓ ਵੱਡੇ ਬਾਈ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਰੇ ਸੇਵਾਦਾਰ ਇੱਥੇ ਹੈ ਕਮਰ ਕਰੇ ਵਾਲੇ ਨੇ ਕੁਛ ਨਹੀਂ ਦੇਣਾ ਲੰਗਰ ਹਾਲ ਵਾਲੇ ਸੇਵਾਦਾਰ ਲੰਗਰ ਹਾਲ ਚਲੋ ਇਹ ਗੱਲਾਂ ਬਿਲਕੁਲ ਚੰਗੀਆਂ ਨੇ ਆਪਦੀ ਸੇਵਾ ਕਰੋ ਜਾ ਕੇ ਅਗਲਾ ਗੀਤ ਬੀਬੀਆਂ ਦੀ ਪਸੰਦ ਦਾ ਗੀਤ ਹੈ ਮੁੜ ਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵਿਹੜੇ ਨਹੀਂ ਮਸਤ ਬਣਾ ਦੇਣਗੇ ਆ ਜਾਓ ਤੁਹਾਡੀ
ਤਾੜੀ ਤੇ ਗਵਈਆਂ ਦੀ ਹੇਕ ਦੇ ਨਾਲ ਨਾਲ ਸ਼ੁਰੂ ਕਰਦੇ ਹਾਂ ਉਹਨਾਂ ਮਸਤ ਫਕੀਰਾਂ ਦੀ ਬਾਤ ਜਿਨ੍ਹਾਂ ਨੇ ਅਸਲ 'ਚ ਕੱਤਿਆ ਜਿਨ੍ਹਾਂ ਨੇ ਡਰਾਮਾ ਨਹੀਂ ਕੀਤਾ ਜਿਨ੍ਹਾਂ ਨੇ ਸੱਚੀ ਉਹ ਕੱਤਿਆ ਉਹਨਾਂ ਮੀਰਾ ਵਰਗੀਆਂ ਦੀਵਾਨੀਆਂ ਉਹ ਬਾਬੇ ਬੁੱਲੇ ਸ਼ਾਹ ਵਰਗੇ ਫਨਕਾਰ ਉਹ ਸਾਈਂ ਲੋਕ ਉਹ ਨਾਨਕ ਪਾਤਸ਼ਾਹ ਦੀਆਂ ਪੈੜਾਂ ਉਹ ਉਦਾਸੀਆਂ ਉਹ ਸ਼ਾਸਤਰਾਂ ਦੀ ਬਾਤ ਉਹ ਬੈਰਾਗ ਦੀ ਬਾਤ ਉਹ ਤੱਤੀਆਂ ਤਵੀਆਂ ਦੀ ਬਾਤ ਆਪਣੀ ਆਪਣੀ ਮੱਤ ਅਨੁਸਾਰ ਪਿਆ ਸਾਡੇ ਮਸਤ ਕੌਣ ਹੈ ਸਾਈਂ ਕੌਣ ਹੈ ਸਮਝਾਉਣ ਵਾਲਿਆਂ ਨੇ ਸਮਝਾਇਆ ਜਿਹਦਾ ਇੱਕ ਇੱਕ ਸਾਹ ਕੱਲਾ ਕੱਲਾ ਸਾਹ ਉਸ ਪਾਵਰ ਦੀ ਯਾਦ 'ਚ ਜੁੜਿਆ ਹੋਇਆ ਹੈ ਸਾਈ ਉਹ ਕਹਿੰਦਾ ਸਾਈਂ ਹੈ ਕਿ ਹੋਰ ਕੋਈ ਹੋਰ ਗੱਲ ਹੀ ਆਣੀ ਦੂਜੀ ਕੋਈ ਹਰ ਸਾਹ 'ਚ ਉਹਦੀ ਯਾਦ ਥੈਂਕ ਯੂ ਬੁੱਧ ਥੈਂਕ ਯੂ ਤੁਸੀਂ ਮੇਰੇ ਪੈਰੀ ਹੱਥ ਕਿਉਂ ਲਾਏ ਆ ਕੌਣ ਲੱਗ ਗਿਆ ਸੀ ਮੈਂ ਇਹ ਗੱਲ ਤਾਂ ਤੋਰੀ ਹੈ ਇੱਕ ਤਾਂ ਹੁੰਦਾ ਮਾੜਾ ਮੋਟਾ ਮੈਂ ਕਹਿੰਦਾ ਭੋਰਾ ਹੀ ਭੁਲੇਖੇ ਚ ਨਾ ਰਿਹਾ ਮੈਂ ਤੰਗਲੀਆਂ ਨਾਲ ਇਕੱਠੇ ਕਰਨ ਲੱਗਿਆ ਮੈਂ ਆ ਜੇ ਕੋਈ ਟਾਵਾਂ ਟਪਾਇਆ ਜਿਹੜਾ ਕਰਕੇ ਜਾਂਦਾ ਨਾ ਐਂ ਜੇ ਭਰਾ ਹੈ ਤੁਹਾਡਾ ਇਹਦਾ ਤਾਂ ਉਮਰ 'ਚ ਵੱਡਾ ਹੋ ਸਕਦਾ ਵੱਡਾ ਬਾਈ ਕਹਿ ਕੇ ਬੁਲਾ ਸਕਦਾ ਕੋਈ ਬਜ਼ੁਰਗ ਆਊਗਾ ਤਾਂ ਬਾਪੂ ਆ ਸਾਡਾ ਬੀਬੀ ਉੱਠ ਕੇ ਆਊ ਮਾਂ ਸਾਡੀ ਹੈ ਆਪ ਸਰ ਖੜੇ ਹੈ ਤਾਂ ਸਤਿਕਾਰਯੋਗ ਹੈ ਹਰ ਸਟੇਜ 'ਤੇ ਇੱਕ ਸਪੈਸ਼ਲੀ ਬੋਲੀ ਦਾ ਕਿ ਸਾਡੇ ਸਮਾਜ ਦਾ ਇੱਕ ਬੜਾ ਰਿਸਪੋਂਸੀਬਲ ਅੰਗ ਹੈ ਇਹਨਾਂ ਲਈ ਇਹ ਗੱਲ ਪੜ੍ਹਦਾ ਵੀ ਜਾਣਾ ਪੈਂਦਾ ਸਾਹਿਬ ਬੁਲਾਵੇ ਫਰਜ਼ ਆਪਣੇ ਫਰਜ਼ ਨਿਭਾਵੇ ਉਹ ਬਾਰਾ ਕਿਵੇਂ ਸੀ ਯਾਰ ਜਿਹੜਾ ਸੁਰਖੀ ਅਖਬਾਰਾਂ ਦੀ ਉਹ ਸ਼ੁਰੂ ਕਿੱਥੋਂ ਹੁੰਦਾ ਜਾਣਾ ਪੈਂਦਾ ਸਾਹਿਬ ਬੁਲਾਵੇ ਫਰਜ਼ ਆਪਣੇ ਫਰਜ਼ ਹਾਂਜੀ ਆ ਦੇਖੋ ਲੈ ਹੁਣ ਦੇਖੀ ਤੈਨੂੰ ਭਾਪੇ ਨੇ ਕਿ ਮੰਮੀ ਨੇ ਕਿਹੜੇ ਕਿਹਾ ਤੇਰੇ ਵਿਆਹ ਕਰਕੇ ਹੈ ਚੰਗਾ ਬਾਬਾ ਹੁਣ ਤੁਸੀਂ ਦੇਖੋ ਮੈਂ ਕੋਈ ਬਾਬਾ ਨਹੀਂ ਜਮਾਂ ਇੱਕ ਕਲਾਕਾਰ ਹੈ ਇਹ ਗਾਉਣ ਵਾਲਾ ਹੈ ਬਸ ਇੰਨਾ ਕੁ ਇਮਾਨਦਾਰ ਹਾਂ ਮੈਂ ਤੁਹਾਡੇ ਨਾਲ ਕਿ ਤੁਹਾਨੂੰ ਆਪਣਾ ਪਰਿਵਾਰ ਸਮਝ ਕੇ ਰੁਜ਼ਗਾਰ ਜ਼ਰੂਰ ਹੈ ਮੇਰਾ ਲੱਖਾਂ ਰੁਪਈਆ ਲੈ ਕੇ ਤਾਂ ਇਹ ਗੱਲ ਹੋਈ ਹੈ ਕਿ ਹਰ ਥਾਂ 'ਤੇ ਕਲਾਕਾਰ ਜਾਂਦਾ ਨਾ ਉਹ ਮੇਰਾ ਰੁਜ਼ਗਾਰ ਹੈ ਉਹ ਬਾਹਲਾ ਜਾਂ ਥੋੜ੍ਹਾ ਹੈ ਉਹਦੇ 'ਚ ਲੱਤਾਂ ਨਾ ਅੜਾਇਓ ਫਿਰ ਬੰਦਾ ਕਹਿੰਦਾ ਵੀ 4 ਲੱਖ ਲੈਂਦਾ ਜੀ 5 ਲੱਖ ਉਹਦਾ ਭਾਗ ਆ ਯਾਰ ਉਹਨੂੰ ਲੈਣ ਦੇ ਇੱਥੇ ਗੱਲ ਯਾਦ ਰੱਖੀ ਸਾਨੂੰ ਜਿਹੜੇ ਲੋਕ ਸੌਖਾ ਅਤੇ ਦੁਨੀਆ 'ਚ ਬਹੁਤ ਵੱਡਾ ਸਮਝਦੇ ਹੈ ਪੜ੍ਹਾਈ 'ਚ ਕਮੀ ਹੈ ਕਿਤੇ ਸੱਚੀ ਪੜ੍ਹਾਈ ਵਾਲੇ ਬੰਦੇ ਸਾਡੇ ਵਰਗੇ ਗਵਈਆਂ ਨੂੰ ਵੇਖ ਕੇ ਇੱਕੋ ਹੀ ਗੱਲ ਸੋਚਦੇ ਆ ਕਿ ਤਪੋ ਰਾਜ ਵਾਲਾ ਕੰਮ ਤਾਂ ਕਰਾ ਲਿਆ ਪਾਤਸ਼ਾਹਾਂ ਤੋਂ ਹੁਣ ਦੇਖਦੇ ਹਾਂ ਪੰਕਤੀ ਪੂਰੀ ਹੁੰਦੀ ਹੈ ਕਿ ਕੋਈ ਅਰਦਾਸ ਬੇਨਤੀ ਕੰਮ ਕਰਦੀ ਹੈ ਕਿਉਂਕਿ ਤਪੋ ਰਾਜ ਰਾਜੋ ਨਰਕ ਹੈ ਆ ਰਾਜ ਭਾਗ ਹੀ ਆ ਜਿੱਥੇ ਆਉਣੇ ਆ ਤੁਹਾਡੇ ਵਰਗੇ ਸੱਜਣ ਮਿੱਤਰ ਬੈਠੇ ਆ ਮੁਹੱਬਤ ਦਿੰਦੇ ਆ ਆ ਮਾਇਆ ਤਾਂ ਇਹ ਕਿਰਪਾ ਨਹੀਂ ਹੈ ਇਹ ਇਮਤਿਹਾਨ ਹੈ ਇੱਥੋਂ ਲੰਘਣਾ ਕਿਵੇਂ ਹੈ ਇੱਥੋਂ ਬੇਨਤੀਆਂ ਕਰ ਕਰ ਲੰਘਣਾ ਪਊ ਜੇ ਕਿਤੇ ਆਏ 2-4 ਮੱਥੇ ਟੇਕ ਗਏ ਇਹ ਮੈਨੂੰ ਪਤਾ ਇਹ ਉਹਦੀ ਮਾਇਆ ਹੈ ਮੈਂ ਅਸੀਂ ਕਿਹੜੀ ਭਗਤੀ ਕਰ ਲਈ ਇਸ ਜਨਮ 'ਚ ਕਿਹੜੇ ਮੈਂ ਚੌਂਕੜੇ ਲਾ ਲਏ ਕਿਹੜਾ ਮੈਂ ਗਤੀ 'ਤੇ ਕੰਮ ਕਰ ਲਿਆ ਖਾੜੇ ਲਾਉਂਦਾ ਫਿਰਦਾ ਤਾਂ ਜੇ ਹੁਣ ਵੀ ਪੈਰਾਂ ਨੂੰ ਕੋਈ ਹੱਥ ਲਾ ਕੇ ਜਾਂਦਾ ਹੈ ਮੈਨੂੰ ਪਤਾ ਹੈ ਉਹਦੀ ਮਾਇਆ ਬਾਬਾ ਇਹ ਮਾਇਆ ਨਾ ਮਾਣ ਨਾ ਹੰਕਾਰ ਤਰਲਾ ਹੈ ਬੇਨਤੀ ਆ ਵੀ ਯਾਰ ਵੇਖੀ ਮੈਨੂੰ ਨਹੀਂ ਚਾਹੀਦਾ ਆ ਆਉਂਦੇ ਆ ਮੈਂ ਕਿਹੜਾ ਚਾਂਦੀ ਦੀਆਂ ਰੋਟੀਆਂ ਖਾਣਾ ਤੇ ਮਾਇਆ ਆਈ ਤਾਂ ਫੌਜ ਆਈ ਨਾਲ ਤੁਹਾਨੂੰ ਵੀ ਪਤਾ ਹੈ ਕਿਹੜੀਆਂ ਫੌਜਾਂ ਸਭ ਕੁਛ ਆਉਂਦਾ ਫਿਰ ਘਰੇ ਬਹੁਤ ਚੀਜ਼ਾਂ ਇਮਤਿਹਾਨ ਲੈਂਦਾ ਪਾਤਸ਼ਾਹ ਪਰ ਕਹਿੰਦੇ ਐਨ ਖਰੇ ਰਹੋ ਮਰਨ ਵੇਲੇ ਸ਼ਰਮ ਨਾ ਮਹਿਸੂਸ ਹੋਵੇ ਖਰੇ ਰਹੋ ਬਸ ਕੋਈ ਨਹੀਂ ਜਾਣਾ ਪੈਂਦਾ ਸਾਹਿਬ ਬੁਲਾਵੇ
ਭਰਦੀ ਆਪਣੇ ਫਰਜ਼ ਨਿਭਾਵੇ ਰੱਬਾ ਵੇਖੀ ਨਾ ਬਣ ਜਾਵੇ ਰੱਬਾ ਵੇਖੀ ਨਾ ਬਣ ਜਾਵੇ ਸੁਰਖੀ ਅਖਬਾਰਾਂ ਦੀ ਓ ਸਜਣਾ ਸੁਰਖੀ ਅਖਬਾਰਾਂ ਦੀ ਤੁਹਾਡੇ ਨਾਲ ਨਾਲ ਸੁੱਖ ਮੰਗਦੇ ਆਂ ਤੁਹਾਡੇ ਪਰਿਵਾਰਾਂ ਦੀ ਓ ਤੁਹਾਡੇ ਨਾਲ ਤਾੜੀ ਸਾਰੇ ਮਾਰੋ ਤੁਹਾਡੇ ਨਾਲ ਨਾਲ ਸੁੱਖ ਮੰਗਦੇ ਆਂ ਤੁਹਾਡੇ ਪਰਿਵਾਰਾਂ ਦੀ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਰੂਹ ਅੱਲਾ ਅੱਲਾ ਉਹ ਗਾਵੇ ਓਏ ਚਾਰ ਬੰਦਿਆਂ ਪਿੱਛੇ ਲੱਗ ਕੇ ਆਪਦੇ ਘਰੇ ਕਲੇਸ਼ ਪਾਉਣ ਵਾਲੇ ਬੰਦੇ ਬਾਹਲੇ ਸਿਆਣੇ ਨਹੀਂ ਹੁੰਦੇ ਹਜ਼ੂਰ ਇਹ ਮਿੱਟੀ ਇਹ ਪੰਜਾਬ ਦੀ ਮਿੱਟੀ ਆ ਨਾ ਮੈਨੂੰ ਮਹਿਸੂਸ ਕਰ ਬਾਬਾ ਇਹ ਸਭ ਧਰਮਾਂ ਦੀ ਮਿੱਟੀ ਆ ਇਹ ਸਾਂਝਿਆਂ ਦੀ ਮਿੱਟੀ ਆ ਇਹ ਭਾਈਚਾਰਿਆਂ ਦੀ ਮਿੱਟੀ ਆ ਇਹ ਗੁਰੂਆਂ ਪੀਰਾਂ ਫਕੀਰਾਂ ਫਕਰਾਂ ਔਲੀਆਂ ਮਹਾਤਮਾਵਾਂ ਇਹ ਉਹਨਾਂ ਦੀ ਮਿੱਟੀ ਆ ਬਾਬਾ ਇਹਦੇ 'ਚ ਕਾਹਦੀਆਂ ਵੰਡਾਂ ਇੱਥੇ ਕਿੱਥੇ ਇਹਦਾ ਜੇ ਪਿੰਡ 'ਚ ਲਾਲਾ ਜੀ ਨਹੀਂ ਹੈ ਤਾਂ ਪਿੰਡ ਕਾਹਦਾ ਸੇਠ ਜੀ ਸੋ ਮੁਹੱਬਤ ਦੀ ਬਾਤ ਹੈ ਤਾਂ ਮਸਤ ਬਣਾ ਦੇਣ ਗਏ ਓਏ ਕਿਆ ਬਾਤ ਹੈ ਦਾੜੀ ਨਾ ਜੋ ਮਰੀਆਂ ਬਾਵਾਂ ਭੈਣਾਂ ਅਰੇ ਦਵਾਰ ਪਾਲੋ ਕਨਈਆ ਸੇ ਕਹਿ ਦੋ ਕਿ ਦਰ ਪੇ ਸੁਦਾਮਾ ਗਰੀਬ ਆ ਗਿਆ ਹੈ ਕ੍ਰਿਸ਼ਨ ਦਾ ਭਜਨ ਗਾਉਣ ਨਾਲ ਮੇਰਾ ਕਿਤੇ ਸਿੱਖ ਤਾਂ ਨਹੀਂ ਗਵਾਚ ਗਿਆ ਜਾਂ ਮੇਰਾ ਸਿੱਖ ਕਿਸੇ ਖਤਰੇ 'ਚ ਤਾਂ ਨਹੀਂ ਸਾਨੂੰ ਤਾਂ ਬਾਲਾ ਨੇੜੇ ਹੀ ਉਲਝਾ ਲਿਆ ਹਜੇ ਤਾਂ ਪੈਂਡਾ ਬਹੁਤ ਹੈ ਜਿਹੜੀ ਇੱਥੇ ਬੰਦੇ ਦੀ ਜ਼ਾਤ 'ਚ ਹੋ ਕੇ ਹਜੇ ਜੱਟ ਨੂੰ ਵੱਡਾ ਤੇ ਮਜ਼੍ਹਬੀ ਨੂੰ ਛੋਟਾ ਸਮਝੀ ਬੈਠੀ ਹੈ ਇੱਕ ਜ਼ਾਤ ਵੱਡੀ ਤੇ ਇੱਕ ਛੋਟੀ ਸਮਝੀ ਬੈਠੀ ਹੈ ਉਹ ਤਾਂ ਸਮਝ ਲਿਓ ਉਹਨੇ ਬੰਦਗੀ ਦੇ ਫਾਰਮ ਵੀ ਨਹੀਂ ਭਰੇ ਜਿਹੜਾ ਹਜੇ ਇੱਥੇ ਫਸਿਆ ਪਿਆ ਵੀ ਆਹ ਚਮਿਆਰ ਹੈ ਆ ਫਲਾਨਾ ਹੈ ਆ ਫਲਾਨਾ ਹੈ ਆ ਫਲਾਨਾ ਹੈ
ਬੰਦਾ ਕਰਕੇ ਜਾਣੀ ਚਾਰ ਕੱਪੜਿਆਂ ਦਾ ਫਰਕ ਹੋ ਸਕਦਾ ਕੋਈ ਕਾਰਾਂ ਕੂਰਾਂ ਦੀ ਉਹ ਢੇਟ ਹੋ ਸਕਦੀ ਹੈ ਪਰ ਜਿਹੜੀ ਅੰਦਰ ਦੀ ਜ਼ਬਾਨ ਹੈ ਉਹ ਗਰੀਬ ਦੀ ਵੀ ਉਹੀ ਹੈ ਤੇ ਅਮੀਰ ਦੀ ਵੀ ਉਹੀ ਹੈ ਇੱਥੇ ਇੱਥੋਂ ਨਾ ਉਹ ਜਗਤੇ ਸੋ ਪ੍ਰੇਮ ਦੀ ਬਾਤ ਹੈ ਮੁਹੱਬਤ ਦੀ ਸਿੱਖ ਤਾਂ ਹੋਰ ਵੱਡਾ ਹੋਈ ਜਾਂਦਾ ਹੈ ਇਹਦਾ ਮਾਣ ਵਧੀ ਜਾਂਦਾ ਹੈ ਇਹ ਜਿਹੜਾ ਸਿੱਖ ਹੈ ਕਿਉਂਕਿ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੀ ਸਿੱਖ ਹੁੰਦਾ ਹੈ ਜਿਹੜਾ ਕਹੇ ਮੇਰਾ 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 ਆ ਐਵੇਂ ਨਹੀਂ ਪੜ੍ਹ ਕੇ ਬੋਲੀ ਸਮਝ ਕੇ ਬੋਲੀ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਦੇਣ ਕੇ ਪੀਪਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ ਚੜ੍ਹ ਗਏ ਨਹੀਂ ਉਤਰਨੇ
कमाई हुए थे पीछे कमाई के कोई ऐसा शख्स जिन्हों रंग चढ़ गया था ते उतरे ही नहीं कमाई कितनी हुई है प्रैक्टिकली रमेनी और एक कैसे कमाईयां रहता होगा चेते हम दाय भी आ कम कर लो रंग चढ़ जाएंगे कितने भी गुरुद्वारा मंदिर मसीह दरगाह आश्रम कुटिया कितने भी आ कम कर लो केड़े मेहरबानी 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 ओ प्लीज प्लीज थैंक यू आ कम उठ के बंदिया नाम त्याने 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 नाल गुरु दे प्रीता पाले नाल गुरु दे
ਨਾਲ ਬਾਬਾ ਵਾਹਿਗੁਰੂ ਵਾਹਿਗੁਰੂ ਗਾਉਣਾ ਸਿੱਖ ਲੈ ਅੱਲਾ ਅੱਲਾ ਗਾਉਣਾ ਸਿੱਖ ਲੈ ਰਾਧੇ ਰਾਧੇ ਗਾਉਣਾ ਸਿੱਖ ਲੈ ਠੰਡੇ ਦਿੰਦਾ ਝੋਲੇ ਉਹ ਤੱਕੜੀ ਨਾਨਕ ਦੀ ਤੇਰਾ ਤੇਰਾ ਧੋਲੇ ਤੱਕੜੀ ਨਾਨਕ ਦੀ فقیر بچے وے رب دے پیچھے
ਇਹ ਹੋ ਹੀ ਨਹੀਂ ਸਕਦਾ ਜਿਨ੍ਹਾਂ ਗਿਆਨ ਦਾ ਦੇਸੀ ਘਿਓ ਪੀਤਾ ਹੈ ਸੱਚਾ ਸੁੱਚਾ ਗਿਆਨ ਬੀਬੀ ਮੇਰੇ ਨਾਲ ਗਾਇਓ ਐਨੇ ਰੱਖਿਓ ਕਤਲਾ ਜਿੰਦੜੀਏ ਨੀ ਕਤਲਾ ਜਿੰਦੜੀਏ ਨੀ ਨੀ ਮੈਂ ਕਹ ਦਿਨ ਕੱਤਣੇ ਦੇ ਆ ਗਏ ਕਤਲਾ ਜਿੰਦੜੀਏ ਨੀ ਗੱਜ ਕੇ ਨੀ ਮੈਂ ਕਹ ਕਤਲਾ ਜਿੰਦੜੀਏ ਨੀ ਨੀ ਮੈਂ ਕਹ ਦਿਨ ਕੱਤਣੇ ਦੇ ਆ ਗਏ ਹੁਣ ਕੀ ਵੇਦੀ ਫਿਰਦੀ ਐ ਵੇਦੀ ਫਿਰਦੀ ਐ ਬਾਬੇ ਕਦੋਂ ਦੇ ਬਿਗਲ ਪਜਾ ਗਏ ਮੈਂ ਕਿਹਾ ਕੱਤ ਲੈ ਜਿੰਦੜੀ ਐ ਨੀ ਨੀ ਮੈਂ ਕਿਹਾ ਦਿਨ ਕੱਤਣੇ ਦੇ ਆ ਗਏ ਕੱਤ ਲੈ ਜਿੰਦੜੀ ਐ ਨੀ ਨੀ ਮੈਂ ਕਿਹਾ ਦਿਨ ਕੱਤਣੇ ਦੇ ਆ ਗਏ ਕੱਤ ਲੈ ਜਿੰਦੜੀ ਐ ਨੀ ਦਿਨ ਕੱਤਣੇ ਦੇ ਆ ਗਏ ਨੀ ਮੈਂ ਕਿਹਾ ਕੱਤ ਲੈ ਜਿੰਦੜੀ ਐ ਨੀ ਦਿਨ ਕੱਤਣੇ ਦੇ ਆ ਗਏ ਕੱਤ ਲੈ ਜਿੰਦੜੀ ਐ ਨੀ ਦਿਨ ਕੱਤਣੇ ਦੇ ਆ ਗਏ ਇਹ ਚਰਖਾ ਸਾਈਂ ਸਸਟੇਨ ਕਰੇ ਨੂੰ ਫ੍ਰੀਕੁਐਂਸੀ ਨੂੰ ਡੇਢ ਰੱਖ ਲਈ ਛੱਲਾ ਗਾਉਣੇ ਆ ਛੱਲੇ ਦੇ ਨਾਲ ਇਹ ਕੰਮ ਦੀ ਗੱਲ ਮੈਂ ਉਹਦੀਆਂ ਗਠੜੀਆਂ ਬੰਨ ਬੈਠਾ ਪਿੰਡ ਦੇ ਪਿੜ ਚ ਇਹ ਗੀਤ ਪੜਨ ਦਾ ਸਵਾਦ ਹੀ ਵੱਖਰਾ ਹੈ ਕਿ ਕਮਾਈ ਕਰਨ ਆਇਆ ਹਿਸਾਬ ਲੱਗਣਗੇ ਕਿਹੜੀ ਕਮਾਈ ਕੀਤੀ ਹੈ ਵਿੱਚੇ ਤੇਰੇ ਤੇ ਵਿੱਚੇ ਮੇਰੇ ਨਾਲ ਜਾਣ ਵਾਲੀ ਕਮਾਈ ਹੈ ਕਿ ਇੱਥੇ ਰਹਿਣ ਵਾਲੀ ਹੈ ਆ ਜਾਓ ਖੁੱਲ ਕੇ ਬਾਤ ਕਰਦੇ ਹਾਂ ਤੇ ਮੇਰੀ ਬੇਨਤੀ ਹੈ
ਪੈਸੇ ਨਾ ਦਿਓ ਪੈਸੇ ਨਹੀਂ ਚਾਹੀਦੇ ਜਿੰਨੇ ਚਾਹੀਦੇ ਸੀ ਮੰਗ ਕੇ ਲੈ ਲਏ ਉਹਨਾਂ ਨੇ ਦੇਤੇ ਹੁਣ ਜੇ ਮੇਰਾ ਢਿੱਡ ਉਹਨਾਂ ਦਾ ਨਾ ਭਰਿਆ ਤੇ ਭਰਨਾ ਇਹਨਾਂ ਦਾ ਵੀ ਨਹੀਂ ਪਰ ਤੁਸੀਂ ਮੇਰਾ ਕੰਮ ਬਹੁਤ ਖਰਾਬ ਕਰੋਗੇ ਇੰਨੀਆਂ ਬੇਨਤੀਆਂ ਦੇ ਬਾਵਜੂਦ ਜੇ ਵੀ ਪੈਸੇ ਫਿਰ ਵੀ ਤੁਸੀਂ ਦੇਈ ਗਏ ਜਾਂ ਤਾਂ ਫਿਰ ਮੇਰਾ ਦਿਮਾਗ ਹਿੱਲ ਗਿਆ ਜਾਂ ਤੁਸੀਂ ਠੀਕ ਨਹੀਂ ਇਸ ਕਰਕੇ ਪੈਸੇ ਨਹੀਂ ਚਾਹੀਦੇ ਪਤਾ ਮੈਥੋਂ ਕੀ ਗਲਤੀ ਹੋ ਗਈ ਪਤਾ ਮੈਥੋਂ ਕੀ ਗਲਤੀ ਹੋ ਗਈ ਬੋਲੇ ਭਾਈ ਤੂੰ ਵੀ ਸੁਣਨ ਜਾਣਾ ਮੈਂ ਉਹਦੀਆਂ ਗਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਓਏ ਮੈਂ ਉਹਦੀਆਂ ਗਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ 100 ਵੀ ਜੋੜਿਆ ਮੈਂ 1,00,000 ਵੀ ਜੋੜਿਆ ਮੈਂ 100 ਵੀ ਜੋੜਿਆ 1,00,000 ਵੀ ਜੋੜਿਆ ਜੋੜ ਤੇ ਕਈ ਕਰੋੜ ਲਏ ਦੁਨੀਆਂ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਵੇਖੀ ਤੋੜ ਲਏ ਦੁਨੀਆਂ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਤੋੜ ਲਏ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਕੋਈ ਕਰਮ ਵਾਲਾ ਜਿਹਨੂੰ ਐਸਾ ਦੋਸਤ ਸੱਜਣ ਮਿਲਿਆ ਵਿਆ ਜਿਹੜਾ ਉਹਦੀ ਖੁਸ਼ੀ ਗਮੀ ਚੋਣੂ ਸੱਚੀ ਗੱਲ ਕਹਿੰਦਾ ਸਮ ਰਹੀ ਸਹਿਜ ਰਹੀ ਜੇ ਰੱਬ ਨੇ ਮਾਇਆ ਦੇਤੀ ਮੱਛਰੀ ਨਾ ਹੋਛਾ ਨਾ ਹੋ ਜੀ ਵੇਖੀ ਕਿਤੇ ਦੁਨੀਆਂ ਨੂੰ ਨਾ ਦਿਖਾਉਣ ਲੱਗ ਜੀ ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪਰਦੇ ਦੇ ਅਧਿਕਾਰੀ ਅੱਜ ਮੈਨੂੰ ਤੁਸੀਂ ਪੈਸੇ ਦੇਈ ਜਾਂਦੇ ਹੋ ਮੈਂ ਇਹਨਾਂ ਜਵਾਕਾਂ ਨੂੰ ਦੇਈ ਜਾਂਦਾ ਇਹਨੂੰ ਇਹ ਨਾ ਸਮਝ ਲਿਓ ਵੀ ਇਹ ਬਹੁਤ ਵੱਡਾ ਦਾਨੀ ਹੈ ਇਹਨੂੰ ਮਾਇਆ ਨਾ ਮੋਹ ਨਹੀਂ ਹੈ 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 ਮਾਇਆ ਨਾ ਮੋਹ ਨੰਗੇ ਚਿੱਟੇ ਹੋ ਕੇ ਕਹਿੰਦੇ ਆ ਪਰ ਜਿਹੜੇ ਇੱਦਾਂ ਦਿਖਾ ਦਿਖਾ ਕੇ ਦੇਣਗੇ ਉਹਨਾਂ ਦੀਆਂ ਨਾ ਇੱਥੇ ਪੂਰੀਆਂ ਤੇ ਨਾ ਉੱਥੇ ਪੂਰੀਆਂ ਇਹ ਕਮਰ ਰੌਲੀ ਆ ਇਹ ਕਮਰ ਸਿੰਘ ਗਰੇਵਾਲ ਦੁਨੀਆਂ ਨੂੰ ਦਿਖਾ ਦਿਖਾ ਕੇ ਕਹਿੰਦਾ ਵੀ ਆਹ ਦੇਖੋ ਮੈਂ ਦਾਨੀ ਹਾਂ ਤੇ ਆਪਦੇ ਗ੍ਰਹਿਵਾਨ ਚ ਝਾਤੀ ਮਾਰ ਵੇਖੀ ਕਿਤੇ ਪੱਖਾ ਦੇ ਕੇ ਗੁਰਦੁਆਰਾ ਸਾਹਿਬ ਚ ਨਾਂ ਤਾਂ ਨਹੀਂ ਲਿਖਾਉਂਦਾ ਉੱਤੇ ਟੱਬਰ ਦਾ ਜੇ ਜਾਗਦਾ ਤਾਂ ਫਲੈਕਸਾਂ ਤੇ ਏਦਾਂ ਹੱਥ ਜੋੜ ਜੋੜ ਕੇ ਫੋਟੋਆਂ ਤਾਂ ਨਹੀਂ ਲਵਾਉਂਦਾ ਵੀ ਮੈਂ ਫਲਾਨੇ ਗਰੀਬ ਦੀ ਧੀ ਵਿਆਹੀ ਮੈਂ ਫਲਾਨੇ ਮੰਦਿਰ ਚ ਦੋ ਕਮਰੇ ਪਵਾਏ ਮੈਂ ਉੱਥੇ ਠੰਡੇ ਪਾਣੀ ਵਾਲੀ ਟੈਂਕੀ ਦਿੱਤੀ ਲਿਖੋ ਮੇਰਾ ਨਾਂ ਕਿਤੇ ਆਹ ਤਾਰੀ ਕਰਦਾ ਫਿਰਦਾ ਔਰ ਜੇ ਇਹ ਕਰਦਾ ਫਿਰਦਾ ਤਾਂ ਫਿਰ ਬਾਬਾ ਫਿਰ ਮੇਰੇ ਵਾਲਾ ਹਾਲ ਹੈ ਜਿੱਦਾਂ ਦੀ ਝੂਠਾਂ ਦੀ ਪਾਂਡਾ ਤੁਹਾਡੇ ਸਾਹਮਣੇ ਖੜੀ ਹੈ ਤੇ ਫਿਰ ਬਾਬਾ ਤੇਰੇ ਮੇਰੇ ਚ ਫਰਕ ਕੋਈ ਨਹੀਂ ਰਹਿ ਗਿਆ ਇਸ ਕਰਕੇ ਗੁਰੂ ਨਾਨਕ ਦੇ ਪੁੱਤ ਹੈ ਗੁਰੂ ਨਾਨਕ ਦੇ ਪੁੱਤ ਹੈ ਕੁਛ ਤਾਂ ਕਰਕੇ ਮਰੀਏ ਕੁਛ ਤਾਂ ਕਰਕੇ ਮਰੀਏ ਆ ਗਈ ਚਿੱਠੀ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਬੀਬੀ ਗੱਲ ਬਹੁਤ ਕੀਮਤੀ ਆ ਉਹ ਸੱਜਣਾ ਹੁਣ ਤੂੰ ਗਿਰੀਆਂ ਖਵਾਉਣ ਲੱਗ ਗਿਆ ਹੋਰ ਮੈਨੂੰ ਦੇ ਦਿਓ ਕੋਈ ਪੈਸੇ ਦੇ ਦਿਓ ਯਾਰ ਦੇ ਦਿਓ ਯਾਰ ਉਰੰਦਾ ਇੱਕ ਮਿੰਟ ਉਰੰਦਾ ਗੱਲ ਤਾਂ ਹੁਣ ਮੇਰੀ ਤੂੰ ਤਾਂ ਮੇਰਾ ਬਹੁਤ ਨੁਕਸਾਨ ਕਰੇਗਾ ਉਰੇ ਆਹ ਪਿਆਰ ਭੇਂਟਾ ਹੈ ਇਹ ਇਹਨਾਂ ਸਾਰਿਆਂ ਦੀ ਅਤੇ ਹੁਣ ਤੂੰ ਅੱਧਾ ਘੰਟਾ ਇੱਥੇ ਬਹਿ ਜਾ ਹਾਂ ਇੱਥੇ ਬਹਿ ਜਾ ਹੋਰ ਨਹੀਂ 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 ਹੁਣ ਤੂੰ ਬਹਿ ਜਾ ਆ ਲਾ ਹੋਰ ਆ ਗਿਆ ਆ ਵੀ ਤੇਰੇ ਹੀ ਇੱਥੇ ਬੈਠ ਨਾਰੀਅਲ ਭੰਨ
ਪਾਣੀ ਤੇ ਗਰੀ ਦੋਨੇ ਹੋਣਗੇ ਆ ਗਈ ਚਿੱਠੀ ਆਵਾਜ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਬੰਨੀ ਗਠੜੀ ਮੈਂ ਚੁੱਕਣ ਲੱਗਾ ਤੇ ਉਹਨੇ ਪਰੇ ਵਗਾ ਕੇ ਮਾਰੀ ਉਹਨੇ ਪਰੇ ਵਗਾ ਕੇ ਮਾਰੀ ਇਸ ਗਠੜੀ ਚ ਸਮਾਨ ਚੈੱਕ ਕਰਿਓ ਬਾਬਿਓ ਜਿਹੜੀਆਂ ਗਠੜੀਆਂ ਭਰਨ ਚ 24 ਦੇ 24 ਜਾ ਰਹੇ ਹੈ ਕੋਈ ਪਰਵਾਹ ਹੀ ਨਹੀਂ ਹੈ ਕਿਹੜਾ ਕਿਹੜਾ ਸਮਾਨ ਨਾਲ ਜਾਊਗਾ ਤੇ ਕਿਹੜਾ ਇੱਥੇ ਰਹੂਗਾ ਮਾਂ ਮੇਰੀਏ ਉਸ ਗਠੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਘਰ ਬਾਰ ਸੀ ਮੇਰਾ ਉਸ ਗਠੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਘਰ ਬਾਰ ਸੀ ਮੇਰਾ ਓਏ ਕੱਲਾ ਕੱਲਾ ਯਾਰ ਸੀ ਮੇਰਾ ਉਹ ਸੱਚ ਜਾਣਿਓ ਇਹ ਸੰਸਾਰ ਸੀ ਮੇਰਾ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਉਹ ਮੈਨੂੰ ਇੰਨਾ ਹੀ ਉਹ ਮੈਨੂੰ ਇੰਨਾ ਹੀ ਉਹ ਮੈਨੂੰ ਇੰਨਾ ਹੀ ਲਾਂਬੂ ਲਾਣਾ ਮੈਂ ਉਹਦੀਆਂ ਉਦੋਂ ਤਾਂ ਬਾਬਾ ਤੇਰੇ ਧੀਆਂ ਪੁੱਤ ਘੜੀਆਂ ਵੇਖਣਗੇ ਉਦੋਂ ਤੇਰੇ ਜੰਮੇ ਤੇਰੇ ਨਾਲ ਦੇ ਤੇਰੇ ਬਿਲਕੁਲ ਆਪਦੇ ਉਹ ਘੜੀਆਂ ਵੇਖਣਗੇ ਗੱਲ ਤਾਂ ਭਾਵੇਂ ਤੁਹਾਨੂੰ ਹਾਸਾ ਹੀ ਆਵੇ ਵੀ ਗੜ ਸ਼ੰਕਰ ਵਾਲੀ ਭੂਆ ਨੂੰ ਸਿੱਧਾ ਹੀ ਉੱਥੇ ਸੱਦ ਲਓ ਜੀ ਘਰੋਂ ਤਾਂ ਚੱਕੋ ਪਰ ਇਹ ਸੱਚਾ ਬਾਬਾ ਏ ਜੇ ਕਿਸੇ ਮੇਰੇ ਵਰਗੇ ਨੂੰ ਭੁਲੇਖਾ ਨਾ ਵੀ ਜੇ ਮੈਨੂੰ ਕੁਛ ਹੋ ਗਿਆ ਤਾਂ ਬੜਾ ਚੌਰ ਦਾ ਕੀ ਬਣੂ ਨਹੀਂ ਬਾਬਾ ਤੂੰ ਮਰ ਕੇ ਵੇਖ ਕੁਛ ਵੀ ਨਹੀਂ ਹੋਣਾ ਕੁਛ ਵੀ ਨਹੀਂ ਹੋਣਾ ਚੱਲੀ ਜਾਣਾ ਬਾਬਾ ਏ ਇਹ ਚੱਲੀ ਜਾਣਾ ਇਹ ਚੱਲੀ ਜਾਣਾ ਇਹ ਚੱਲੀ ਜਾਣਾ ਉਹ ਮੇਰੇ ਖਿਆਲ 'ਚ ਉਹਨਾਂ ਨੇ ਚੈਨਲਾਂ 'ਤੇ ਨਸ਼ਰ ਕੀਤੀ ਆ ਉਹ ਗੱਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਉਹ ਕੋਈ ਚੈਨਲ 'ਤੇ ਆਇਆ ਨਾ ਮੈਂ ਫਿਰ ਬੋਲ ਸਕਦਾ ਕੀ ਖੇਡ ਖੇਡੀ ਹੈ ਮਹਾਰਾਜ ਨੇ ਹੈ ਕੀ ਖੇਡ ਖੇਡੀ ਹੈ ਕਿ 28 ਸਾਲਾਂ ਦਾ ਝੋਟੇ ਵਰਗਾ ਲੈ ਗਿਆ ਉਹ ਅਤੇ ਆਹ ਦੇਖ ਲਓ ਕੁਛ ਸਮੇਂ ਬਾਅਦ ਕੱਲ੍ਹ ਕੇ ਪਰਸੋਂ ਉਹਨਾਂ ਦੇ ਘਰੇ ਫਿਰ ਪੁੱਤ ਬਖਸ਼ਿਆ ਮਹਾਰਾਜ ਨੇ ਉਹਨਾਂ ਦੇ ਘਰੇ ਇਹ ਖਬਰ ਸੱਚੀ ਹੈ ਨਾ ਹਾਂ ਮੈਂ ਦੇਖੀ ਆ ਮੈਂ ਸ਼ੋਰ ਹਾਂ ਤਾਂ ਯਾਰ ਤਾਂ ਕਿਆ ਖੇਡ ਹੈ ਇੰਤਜ਼ਾਰ ਬਾਬਾ ਇੱਥੇ ਵੀ ਜੇ ਕੋਈ ਭੈਣ ਬੈਠੀ ਆ ਨਾ ਜਿਹਦੀ ਕੁੱਖ ਨੂੰ ਅਜੇ ਭਾਗ ਨਹੀਂ ਲੱਗੇ ਤਾਂ ਸੋਚ ਕੇ ਚੱਲ 9ਵੇਂ ਪਾਤਸ਼ਾਹ 26 ਸਾਲ ਸਭਾ ਗਵਾਹੀ ਭਰਦੀ ਹੈ ਇਸ ਗੱਲ ਦੀ ਕਿ ਪਾਤਸ਼ਾਹ ਤਾਂ 26 ਸਾਲ ਬੱਚਾ ਨਾ ਆਉਣਾ ਤੇ ਫਿਰ ਵੀ ਇੱਕੋ ਹੀ ਗੱਲ ਤੇਰੀ ਰਜ਼ਾ ਤੇਰੀ ਉਹ ਰੱਬਾ ਤਾਂ ਇੱਥੋਂ ਅੱਗੇ ਕਿਹੜਾ ਰੱਬ ਹੈ ਜਿਹਨੂੰ ਕਿਸੇ ਨੂੰ ਕਹਿਣ ਦੀ ਲੋੜ ਪਵੀ ਹੈ ਦੇ ਤਾਂ 26 ਸਾਲ ਦੇ ਸਬਰ ਸੀ ਫਿਰ ਦੇਖ ਲਓ ਜਿਹੜੇ ਉਹਨਾਂ ਨੇ ਘੱਲੇ ਉਹ ਕੌਣ ਹੈ ਤਾਂ ਯਕੀਨ ਰੱਖੋ ਸੁਪਰੀਮ ਪਾਵਰ ਤੇ ਦੱਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੂਜਾ ਹੈ ਹੀ ਕੋਈ ਨਹੀਂ ਇੱਕੋ ਸੁਪਰੀਮੋ ਹੈ ਉਹਦੇ ਤੇ ਯਕੀਨ ਰੱਖ ਕੇ ਜ਼ਿੰਦਗੀ ਜਿਉਵਾਂਗੇ ਜੇ ਕੋਈ ਵੀ ਮੇਰੀ ਭੈਣ ਜੇ ਬੈਠੀ ਹੈ ਇੱਥੇ ਤਾਂ ਇਸ ਖਿਆਲ ਨੂੰ ਇਸ ਚੱਕਰ 'ਚ ਬਿਠਾ ਲਾ ਇੱਥੇ ਕਿ ਪਿਛਲੇ ਕੋਈ ਕਰਮਾਂ ਦਾ ਹਿਸਾਬ ਕਿਤਾਬ ਹੈ ਤੇ ਮਿੰਨਤਾਂ ਕਰਕੇ ਹਿੰਮਤ ਨਾਲ ਦੇਣਾ ਕਿ ਮਹਾਰਾਜ ਜੇ ਗਲਤੀਆਂ ਤਾਂ ਲੈ ਦੇ ਸਜ਼ਾ ਅਸੀਂ ਭੁਗਤਾਂਗੇ ਪਰ ਅਰਦਾਸ ਹੈ ਕਿ ਬਖਸ਼ ਲਿਓ ਤੇ ਸਤਿਗੁਰ ਤਾਂ ਫਿਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਉਹ ਤਾਂ ਭੱਜਿਆ ਹੁੰਦਾ ਹਜੇ ਸਾਡੀ ਸਕੀਰੀ 'ਚ ਪ੍ਰੋਬਲਮ ਹੈ ਬਾਬਾ ਹਜੇ ਸਾਡੇ ਰਿਲੇਸ਼ਨ 'ਚ ਪ੍ਰੋਬਲਮ ਹੈ ਹਜੇ ਸਾਡੀਆਂ ਮੰਗਾਂ 'ਚ ਪ੍ਰੋਬਲਮ ਹੈ ਹਜੇ ਗੁਰਸਥਾਨ 'ਤੇ ਆ ਕੇ ਕਿਹੜੇ ਕਿਹੜੇ ਕੰਮ ਕਰਨੇ ਆ ਜਿੱਥੇ ਭਗਤੀ ਨਹੀਂ ਨਾ ਹੁੰਦੀ ਬਾਬਾ ਜਿੱਥੇ ਵਾਹਿਗੁਰੂ ਅੱਲਾ ਰਾਮ ਨਹੀਂ ਜਪਿਆ ਜਾਂਦਾ ਸਮਝ ਲਿਓ ਗੜਬੜਾ ਸਮਝ ਲਿਓ ਕਿਉਂਕਿ ਜੇ ਘਿਓ ਨਹੀਂ ਕੋਈ ਰੜਕਦਾ ਦੁੱਧ ਨਹੀਂ ਰੜਕਦਾ ਤਾਂ ਸਮਝ ਲਓ ਫਿਰ ਤਾਂ ਬਾਕੀ ਗੱਲਾਂ ਨੇ ਹਰੀ ਓਮ ਬਹਿ ਕੇ ਜਪਣਾ ਪੈਣਾ ਫਿਰ ਹੀ ਸੋਮਵਾਰ ਦੇ ਬਿੱਲ ਤਾਰਨਗੇ ਹਰੀ ਓਮ ਨਮੋ ਨਾਰਾਇਣ ਜਪਣਾ ਪੈਣਾ ਵਾਹਿਗੁਰੂ ਜਪਣਾ ਪੈਣਾ ਨਹੀਂ ਤਾਂ ਲੜੀਆਂ ਕੋਤਰੀਆਂ ਜੋ ਮਰਜ਼ੀ ਜਿੱਥੇ ਵਹਿੰਦਾ ਰਹੇ ਸਤਿਗੁਰ ਭਾਵ ਮੰਗਦਾ ਪੁੱਛ ਲੈ ਨੋ ਖੇਵੇ
I don't care. جنگ جنگشن گڈیاں دا لگیا رہنا آونا جانا جنگ جنگشن گڈیاں دا لگیا رہنا آونا جانا چھڈ دے نفرتاں نوں ہائے چھڈ دے نفرتاں نوں چھڈ دے نفرتاں نوں گل کر لے آپسی دی کن فرم دوست آوے تیری ٹکٹ واپسی دی کن فرم تیری جگنی اوکائی میرا والے آبے جگنی اللہ بسم اللہ تیری جگنی
ਬ੍ਰਦਰ ਹਾਂ ਬਸ ਬਸ ਚਲ ਆ ਜਾ ਫਿਰ ਆ ਜਾ ਜੀ ਕਰ ਕੁਝ ਨਹੀਂ ਮੰਗਦੀ
ਓਏ ਭਾਗਾਂ ਦਾ ਖਾਂਦੀ ਐ ਏ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਓਏ ਭਾਗਾਂ ਦਾ ਖਾਂਦੀ ਐ ਵੀਰ ਦੇ ਵਿਆਹ ਤੇ I
سوچ سمجھ کے لاجو یکھیاں یہ نہ خیال ممولی سوچ سمجھ کے لاجو یکھیاں یہ نہ خیال ممولی کسے دی پٹھی کھن لو ہاوے کسے چڑھاوے سولی دید نظارے باچو یکھیاں 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 رو رو کر گزار دیاں اے کملی کی جانا رمضا یار دیاں اے کملی کی جانا ਹੁਣ ਤਾਂ ਹੁਣੇ ਜਾਣਾ ਮਸਾ ਗੀਤ ਬਾਅਦ
ਕਿ ਫੋਰਾ ਜਿਤ ਨਹੀਂ ਕਰਦੀਆਂ ਸੁਣ ਤੂੰ ਭਾਵੇਂ ਵੇ ਨਾ ਸੁਣ ਸਜਣਾ ਵੇ ਸੁਣ ਤੂੰ ਭਾਵੇਂ ਵੇ ਨਾ ਸੁਣ ਸਜਣਾ ਵੇ ਸਾਡੀ ਤਾਂ ਫਰਿਆਦ ਨਾ ਕੋਈ ਤੈਥੋਂ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਦ ਵੇ ਖਸਮਾ ਨਾ ਕੋਈ ਤੈਥੋਂ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਦ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਵੇ ਜਦੋਂ ਦੀਆਂ ਤੇਰੇ ਨਾਲ ਲਾਈਆਂ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਵੇ ਦੁਨੀਆਂ ਦੀ ਭੀੜ ਤੋਂ ਬਚਦੇ ਆ ਪਹਿਲਾਂ ਬਾਹਰੋਂ ਜੱਚਦੇ ਸੀ ਵੇ ਅੱਜ ਕੱਲ੍ਹ ਅੰਦਰੋਂ ਜੱਚਦੇ ਆ ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ ਵੇ ਦੁਨੀਆਂ ਦੀ ਭੀੜ ਤੋਂ ਵੇ ਬਚਦੇ ਆ ਪਹਿਲਾਂ ਬਾਹਰੋਂ ਜੱਚਦੇ ਸੀ ਵੇ ਅੱਜ ਕੱਲ੍ਹ ਅੰਦਰੋਂ ਇਹ ਦਿਲ ਵੀਰਾਨ ਸੀ ਫਕਰਾਂ ਦਾ ਓ ਇਹ ਦਿਲ ਵੀਰਾਨ ਸੀ ਫਕਰਾਂ ਦਾ ਜਿਹੜਾ ਕੀਤਾ ਤੂੰ ਆਬਾਦ ਵੇ ਨਾ ਕੋਈ ਤੈਥੋਂ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਦ ਵੇ ਨਾ ਕੋਈ ਤੈਥੋਂ ਪਹਿਲਾਂ ਸੀ ਨਾ ਕੋਈ ਤੈਥੋਂ ਬਾਦ ਕਿੰਨੇ ਸਿੱਧੇ ਜਾਂਦੇ ਜਵਾਕ ਹੈ ਨਾ ਆਹ ਵੱਡਾ ਬੰਦਾ ਹੋਵੇ ਸੌ ਦੇ ਕੇ ਪੰਜ ਸੌ ਦੇਵਾਂ ਨਹੀਂ ਜੀ ਨਹੀਂ ਰਹਿਣ ਦਿਓ ਜੀ ਰਹਿਣ ਦਿਓ ਜੀ ਰਹਿਣ ਦਿਓ ਜੀ ਅਤੇ ਦੁੱਧ ਨਾਲੀ ਤੋਂ ਬਾਅਦ ਫੜ ਲੂਗਾ ਅਸੀਂ ਲਓ ਜੀ ਆਹ ਤੁਸੀਂ ਲੈ ਜਾਓ ਮਹਾਰਾਜ ਆਹ ਤੁਸੀਂ ਲੈ ਜਾਓ ਸਵਾਮੀ ਜੀ ਲੈ ਬੱਤਾ ਕੋਈ ਨਹੀਂ ਤੂੰ ਲੈ ਲਾ ਮੈਂ ਕਦੋਂ ਕਹਿੰਦਾ ਕੁਛ ਨਹੀਂ ਹੁੰਦਾ ਕਹਿੰਦਾ ਰੱਖ ਲਾ ਕੁਛ ਨਹੀਂ ਹੁੰਦਾ ਬੱਚੇ ਉਹ ਪਿੱਛੇ ਪੌੜੀਆਂ ਵਾਲਿਓ ਬੱਚੇ ਉਹਨੂੰ ਕਹਿੰਦੇ ਆ ਜਿਹੜੇ ਬਚੇ ਹੋਏ ਆ ਜਿਹੜੇ 2024 ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੇ ਹੋਏ ਆ ਉਹ ਬੱਚੇ ਆ ਉਹ 2-4 ਸਾਲ ਵਾਲੇ ਵੀ ਹੈਗੇ ਆ ਉਹ 100-100 ਸਾਲ ਵਾਲੇ ਵੀ ਹੈਗੇ ਆ ਬੱਚਾ ਹੋਈ ਜਿਹੜਾ ਬਚਿਆ ਹੋਇਆ ਜਿਹੜਾ ਡੰਗਿਆ ਹੋਇਆ ਉਹ ਤਾਂ ਤੁਹਾਡੇ ਸਾਹਮਣੇ ਖੜਾ ਪਿਛਲੇ 2-2.5 ਘੰਟੇ ਤੋਂ ਕੁੱਤੇ ਵਾਂਗੂ ਭੌਂਕ ਰਿਹਾ ਨਿਰੰਤਰ ਇਹ ਕੱਪੜਿਆਂ ਵਾਂਗੂ ਸੱਜਣਾ ਵੇ ਸਾਥੋਂ ਸੱਜਣ ਬਦਲੇ ਨਹੀਂ ਜਾਣੇ ਇਹ ਕੱਪੜਿਆਂ ਵਾਂਗੂ ਸੱਜਣਾ ਵੇ ਸਾਥੋਂ ਸੱਜਣ ਬਦਲੇ ਨਹੀਂ ਜਾਣੇ ਤੈਨੂੰ ਤੱਕਿਆ ਹੱਜ ਸਾਡਾ ਅਸੀਂ ਦਰ ਦਰ ਧੱਕੇ ਨਹੀਂ ਖਾਣੇ ਧੋਬੀ ਦੇ ਘਰ ਦੇ ਕੁੱਤੇ ਬਣ ਜਿਉਣਾ ਧੋਬੀ ਦੇ ਘਰ ਦੇ ਕੁੱਤੇ ਬਣ ਜਿਉਣਾ ਕਾਹਦਾ ਯਾਰ ਸਵਾਦ ਨਾ ਕੋਈ ਤੈਥੋਂ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਦ ਨਾ ਕੋਈ ਤੈਥੋਂ ਪਹਿਲਾਂ ਸੀ ਤੇ ਨਾ ਕੋਈ ਤੈਥੋਂ ਬਾਦ ਤੇ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਚੱਲੂਗੀ ਨਾਲ ਤੇਰੇ
ترجمة
ਮਿਲ ਸ਼ਕੀਏ ਖੰਡ ਬਣ ਜਾਵੇ ਨਾਲ 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 ਮਿਲ ਸ਼ਕੀਏ ਖੰਡ ਬਣ ਜਾਵੇ ਕੱਲਿਆਂ ਬਣ ਜੇ ਜ਼ਹਿਰ ਨਗਰ ਖੇੜੇ ਦੀ ਖੈਰ ਵੇ ਸਾਈਆਂ ਨਗਰ ਖੇੜੇ ਦੀ ਖੈਰ ਜਾਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੱਥਾ ਟੇਕ ਕੇ ਚੱਲਿਆ ਕਿਉਂਕਿ ਜਿੰਨੇ ਇਸ਼ਕ ਨਾਲ ਜਿੰਨੀ ਮੁਹੱਬਤ ਨਾਲ ਤੁਸੀਂ ਬਹਿ ਕੇ ਸੁਣਿਆ ਜਾਂ ਉਹਨੇ ਸੁਣਾਇਆ ਤਾਂ ਮੈਂ ਵੀ ਬਹੁਤ ਖੁਸ਼ ਹੋ ਕੇ ਚੱਲਿਆ ਐਨ ਬਾਗੋ ਬਾਗ ਹੈ ਚਿੱਤ ਸੋ ਮੇਰੀਆਂ ਸਾਰੀਆਂ ਮਾਵਾਂ ਦਾ ਧੰਨਵਾਦ ਪ੍ਰਣਾਮ ਮੇਰਾ ਸਾਰੀਆਂ ਭੈਣਾਂ ਨੂੰ ਪ੍ਰਣਾਮ ਸਾਡੇ ਬਾਪੂਆਂ ਨੂੰ ਚੜ੍ਹਦੀ ਕਲਾ ਜਿਹੜੇ ਬੈਠੇ ਸੀ ਇੱਥੇ ਬਜ਼ੁਰਗ ਸਾਡੇ ਉਹਨਾਂ ਨੂੰ ਮੇਰਾ ਪ੍ਰਣਾਮ ਹੈ ਮੱਥਾ ਟੇਕ ਕੇ ਚੱਲਿਆ ਔਰ ਤਮਾਮ ਦੋਸਤਾਂ ਮਿੱਤਰਾਂ ਨੂੰ ਮੇਰੇ ਭਰਾਵਾਂ ਨੂੰ ਮੈਂ ਇੱਥੋਂ ਵੱਡਿਆਂ ਨੂੰ ਮੇਰੇ ਹਾਣਦਿਆਂ ਨੂੰ ਮੇਰੇ ਤੋਂ ਛੋਟਿਆਂ ਨੂੰ ਇਹਨਾਂ ਪੁਲਿਸ ਆਫਿਸਰਾਂ ਨੂੰ ਪ੍ਰਬੰਧਕ ਭਰਾਵਾਂ ਨੂੰ ਆਪਣੀ ਕਿਰਤ ਕਮਾਈ ਕਰਨ ਆਏ ਇਹ ਦੁਕਾਨਾਂ ਵਾਲੇ ਸਾਰੇ ਵੀਰ ਭੈਣ ਇੱਥੇ ਕਮੇਟੀ ਦੇ ਸੇਵਾਦਾਰ ਇੱਥੋਂ ਦੇ ਮੁੱਖ ਸੇਵਾਦਾਰ ਮੈਂ ਸਾਰਿਆਂ ਲਈ ਪਿਆਰ ਭੇਜਦੇ ਹਾਂ ਇਸ ਸਟੇਜ ਤੋਂ ਸਾਊਂਡ ਵਾਲੇ ਲਾਈਟਾਂ ਵਾਲੇ ਮੂਵੀਆਂ ਵਾਲੇ ਮਿਹਰਬਾਨੀ ਜੀ ਸੋ ਬਹੁਤ ਬਹੁਤ ਪਿਆਰ ਸਤਿਕਾਰ ਹੈ ਗੀਤ ਦੀ ਫਰਮਾਇਸ਼ ਆਈ ਹੈ ਕਿ ਮਾਵਾਂ ਦਾ ਉਹ ਗੀਤ ਜ਼ਰੂਰ ਗਾ ਕੇ ਜਾਓ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਹੋਕਾ ਗਵਈਏ ਦਾ ਹੋਕਾ ਗਵਈਏ ਦਾ ਕਿ ਬਸ ਸਾਡੇ ਵਾਲੇ ਗੀਤ ਤੋਂ ਬਾਅਦ ਇੱਥੇ ਦੁਗਾਣਾ ਜੋੜੀ
ਨੇ ਆਪਣੀ ਪਰਫਾਰਮੈਂਸ ਦੇਣੀ ਆ ਉਹ ਤੁਹਾਨੂੰ ਗੀਤ ਸੁਣਾਉਣਗੇ ਸੋ ਟਿਕ ਜਾਓ ਬਾਬਿਓ ਟਿਕ ਜਾਓ ਆਪਣੀ ਆ 2-4 ਮਿੰਟ ਦੀ ਸਾਂਝ ਆ ਉਸ ਤੋਂ ਬਾਅਦ ਉਹਨਾਂ ਦੇ ਮਿਊਜ਼ੀਸ਼ੀਅਨਸ ਨੇ ਆ ਜਾਣਾ ਸੋ ਪਲੀਜ਼ ਪਿਆਰ ਨਾਲ ਬਣੇ ਰਹੋ ਹਾਂਜੀ ਹਾਂਜੀ ਜੀ ਬਹਿ ਜਾਓ ਮੇਰੇ ਭਰਾ ਬਹਿ ਜਾਓ ਇਹ ਉਹਨਾਂ ਮਾਵਾਂ ਦੇ ਨਾਂ ਆ ਜਿਨ੍ਹਾਂ ਦੇ ਧੀਆਂ ਪੁੱਤ ਨਹੀਂ ਪੁੱਛਦੇ ਉਹਨਾਂ ਦੀ ਮਾਂ ਦੀ ਆਵਾਜ਼ ਆ ਹਜ਼ੂਰ ਹੈ ਮਾਂ ਕਹਿੰਦੀ ਆ ਪੁੱਤ ਹਾਂਜੀ ਹਾਂ ਲਵਾ ਦਿੰਦੇ ਜਿਨ੍ਹਾਂ ਕੋਲੇ ਮਾਵਾਂ ਹੈ ਨੀ ਜਿਨ੍ਹਾਂ ਕੋਲੇ ਮਾਵਾਂ ਹੈ ਨੀ ਉਹ ਪੁੱਛੀ ਦੁੱਖ ਸੋਹਣਿਆ ਉਹ ਛਾਂ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ ਉਹ ਬੰਦਾ ਰੋਂਦਾ ਪਿੱਛੋਂ ਬੰਦਾ ਰੋਂਦਾ ਪਿੱਛੋਂ ਉਹ ਵੇਖ ਵੇਖ ਪਈ ਥਾਵਾਂ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆਂ ਕਈ ਮਾਵਾਂ ਉਹ ਦੁੱਧਾਂ ਨਾਲ ਇਹ ਪੁੱਤ ਪਾਲ ਕੇ ਆਖਰੀ ਬੋਲ ਸਾਂਭੀ ਦੀ ਐ ਸਾਂਭਲਾ ਬੜੀ ਮਿਹਰਬਾਨੀ ਬਾਪੂ ਸਾਂਭੀ ਦੀ ਐ ਸਾਂਭਲਾ ਇਹ ਮਾਂ ਤੇ ਰੱਬ ਰੂਪ ਰਾਜਿਆਂ ਨੂੰ ਜੰਮਦੀ ਮਹਾਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ ਉਹ ਤਾਈਓ ਮੈਂ ਵੀ ਵੀਰਾ ਤਾਈਓ ਮੈਂ ਵੀ ਵੀਰਾ ਮੇਰੀ ਬੇਬੇ ਬੇਬੇ ਉਹ ਕਰਮ ਵਾਲੀ ਬੇਬੇ ਬੇਬੇ ਉਹ ਗਾਵਾਂ ਆਪਦੀਆਂ ਮਾਵਾਂ ਦਾ ਜਿਹੜੇ ਕਰਦੇ ਹੋ ਬਾਬੇ ਉਹ ਪ੍ਰਣਾਮ ਹੈ ਮੇਰਾ ਉਹਨਾਂ ਲਈ ਪਿਆਰ ਹੈ ਸਜਦਾ ਹੈ ਜੇ ਕੋਈ ਮੇਰੇ ਵਰਗਾ ਭੁੱਲਿਆ ਭਟਕਿਆ ਕੋਈ ਫਿਰਦਾ ਨਾ ਫੜ ਲਾ ਪੈਰ ਸਾਰੀਆਂ ਸਿੱਧੀਆਂ ਪੈ ਜਾਣਗੀਆਂ ਕਦੋਂ ਦੇਖਿਆ ਪੁੱਤ ਮਾਂ ਨੂੰ ਰਾਜਮਾ ਪਿਆਰ ਕਰਦਾ ਹੋਵੇ ਉਹਦਾ ਸਤਿਕਾਰ ਉਹਦਾ ਖਿਆਲ ਰੱਖਦਾ ਹੋਵੇ ਤੇ ਉਹਨੂੰ ਕੋਈ ਫਿਕਰ ਹੋਵੇ ਨਹੀਂ ਹੋ ਨਹੀਂ ਸਕਦਾ ਮੈਂ ਨਹੀਂ ਮੰਨਦਾ ਜਿਹਨੇ ਆਪਦੇ ਮਾਂ ਬਾਪ ਸਾਂਭਲੇ ਨਾ ਬਾਬਾ ਦੇਖ ਸਾਂਭਲੇ ਤਾਂ ਆਉਣੇ ਆ ਜਿਹਨੇ ਉਹ ਫਰਜ਼ ਨਿਭਾਤੇ ਜਿਹੜੇ ਇੱਕ ਇਨਸਾਨ ਦੇ ਔਲਾਦ ਹੋਣ ਦੇ ਨਾਂ ਤੇ ਬਣਦੇ ਆ ਉਹ ਤੋਂ ਵੱਡੀ ਗੱਲ ਕੋਈ ਨਹੀਂ ਫਿਰ ਸਾਂਭੀ ਦੀ ਐ ਸਾਂਭਲਾ ਇਹ ਮਾਂ ਤੇ ਰੱਬ ਰੂਪ ਹੈ ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ ਉਹ ਤਾਈਓ ਮੈਂ ਵੀ ਵੀਰਾ ਮੇਰੀ ਬੇਬੇ ਬੇਬੇ ਗਾਵਾਂ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆਂ ਕਈ ਮਾਵਾਂ ਉਹ ਦੁੱਧਾਂ ਨਾਲ ਪੁੱਤ ਪਾਲ ਕੇ ਸਿੱਧੀਆਂ ਤਾਰਾਂ ਪਾ ਦੇਣਗੇ ਅਕਬਰ ਲਾਵਾਜ ਵੀਰ ਕਹਿੰਦਾ ਗਾ
Hello.